ਬੜੇ ਕੰਮ ਲੱਭੇ, ਕੋਈ ਸੂਤ ਨਹੀਂ ਆਇਆ, ਕੋਈ ਵਧੀਆ ਕੰਮ ਨਹੀਂ ਮਿਲਿਆ। ਔਰ ਉਹ ਬਹੁਤ ਔਖਾ ਟਾਈਮ ਨਿਕਲਿਆ ਸਾਡਾ, ਪਹਿਲਾਂ ਹੋਇਆ ਅਤੇ ਬਾਹਰ ਜਦੋਂ ਨਿਕਲਿਆ ਅਤੇ ਬਹੁਤ ਜ਼ਿਆਦਾ ਸਨੋਹ ਸੀ, ਕੁਛ ਲੱਭ ਵੀ ਨਹੀਂ ਰਿਹਾ ਸੀ, ਇੰਨੀ ਜ਼ਿਆਦਾ ਸਨੋਹ ਸੀ। ਐਂਡ ਇੱਥੇ ਤੱਕ ਮੇਰੇ ਗੋਡਿਆਂ ਤੱਕ, ਮੈਂ ਪੈਰ ਰੱਖਦਾ ਸੀ ਅਤੇ ਗੋਡੇ ਤੱਕ ਅੰਦਰ ਜਾਂਦੇ ਸੀ ਮੇਰੇ, ਉਸ ਦਿਨ ਸੇਫਟੀ ਸ਼ੂਜ਼ 'ਚ ਸੀ ਮੈਂ, ਅਤੇ ਗੋਡੇ ਤੱਕ ਮੇਰੇ ਸਨੋਹ ਦੇ ਅੰਦਰ ਜਾਂਦੇ ਸੀ, ਇੰਨੀ ਜ਼ਿਆਦਾ ਸਨੋਹ ਸੀ। ਸੋ ਮੈਂ ਜੈਕਟ ਪਾ ਕੇ ਨਿਕਲਿਆ, ਬੱਸ ਸਟੋਪ ਤੱਕ ਗਿਆ, ਬੱਸ ਸਟੋਪ ਦਾ ਉੱਪਰ ਸ਼ੈੱਡ ਵੀ ਨਹੀਂ ਸੀ, ਕੁਛ ਨਹੀਂ ਸੀ, ਅਤੇ ਉੱਥੇ ਖੜ੍ਹਾ ਹੋਇਆ ਅਤੇ ਉੱਥੇ ਜਾ ਕੇ ਪਤਾ ਚੱਲਿਆ ਜਦੋਂ ਚੈੱਕ ਕੀਤਾ ਕਿ ਬੱਸ ਸਰਵਿਸ ਬੰਦ ਹੈ, ਜਿਹੜੀ ਬੱਸ ਹੈ ਅਗਲੀ ਉਹ ਹੈ ਹੀ ਨਹੀਂ 4-5 ਘੰਟੇ ਤੱਕ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਜੀ ਪ੍ਰਭ ਕੋੜਵਾ, ਅਤੇ ਜਿਹੜੀ ਅੱਜ ਦੀ ਆਪਣੀ ਵੀਡੀਓ ਹੋਏਗੀ ਉਹ ਹੋਏਗੀ ਜੀ ਰਿਐਲਿਟੀ ਔਫ ਸਟੂਡੈਂਟ ਲਾਈਫ, ਅਤੇ ਕਿ ਸਟੂਡੈਂਟ ਲਾਈਫ ਦੀ ਰਿਐਲਿਟੀ ਕੀ ਹੈ। ਇੱਕ ਆਪਾਂ ਸਟੂਡੈਂਟ ਦੀ ਲਾਈਫ ਦੇਖ ਰਹੇ ਹਾਂ ਜਾਂ ਇਮੀਗ੍ਰੈਂਟ ਦੀ ਲਾਈਫ ਦੇਖ ਰਹੇ ਹਾਂ, ਜੋ ਵੀ ਕੈਨੇਡਾ 'ਚ ਹੈ ਜਾਂ ਕੋਈ ਹੋਰ ਕੰਟਰੀ 'ਚ ਹੈ, ਅਮੈਰੀਕਾ 'ਚ, ਆਸਟ੍ਰੇਲੀਆ 'ਚ ਲਾ ਲਓ, ਜਿਹੜੀ ਉਹ ਸੋਸ਼ਲ ਮੀਡੀਆ 'ਤੇ ਪਾ ਰਿਹਾ, ਆਪਣੇ ਇੰਸਟਾਗ੍ਰਾਮ 'ਤੇ ਸਟੋਰੀਆਂ ਪਾ ਰਿਹਾ, ਉਹ 'ਚ ਦੇਖ ਰਹੇ ਆਪਾਂ ਮਹਿੰਗੀ ਗੱਡੀਆਂ 'ਚ ਘੁੰਮ ਰਿਹਾ, ਕੋਈ ਮਸਟੈਂਗ 'ਤੇ ਘੁੰਮ ਰਿਹਾ, ਕਿਸੇ ਨੇ ਆਪਣੀ ਗੱਡੀ ਲੈ ਲਈ ਹੈ, ਇੰਨੀ ਛੇਤੀ ਆ ਕੇ ਵੀ ਸਟੂਡੈਂਟ ਆ। ਸੋ ਇਹ ਜਿਹੜੀ ਲਾਈਫ ਹੈ ਇਹ ਬਸ ਚੰਗੀ ਚੀਜ਼ਾਂ ਦਿਖਾ ਰਹੇ ਹਾਂ ਆਪਾਂ ਇਹਦੇ 'ਚ, ਇੰਸਟਾਗ੍ਰਾਮ ਵਗੈਰਾ 'ਤੇ ਆਪਾਂ ਚੰਗੀ ਚੀਜ਼ਾਂ ਦਿਖਾ ਰਹੇ ਹਾਂ, ਜਿਹੜੀ ਆਪਾਂ ਸਟਰਗਲ ਕਰਦੇ ਹਾਂ ਉਹ ਸਭ ਆਪਾਂ ਦੱਸਦੇ ਨਹੀਂ। ਸੋ ਕਿਹੜੀ ਕਿਹੜੀ ਚੀਜ਼ਾਂ ਵਾਸਤੇ ਤੁਹਾਨੂੰ ਪ੍ਰਿਪੇਅਰ ਰਹਿਣਾ ਚਾਹੀਦਾ ਅਗਰ ਤੁਸੀਂ ਕੈਨੇਡਾ ਆ ਰਹੇ ਹੋ, ਕਿ ਇਹ ਸਭ ਤੁਸੀਂ ਕਰਨਾ, ਕਿਹੜੇ ਕਿਹੜੇ ਤੁਹਾਨੂੰ ਦਿੱਕਤਾਂ ਆਉਣਗੀਆਂ ਇੱਥੇ ਆ ਕੇ, ਸੋ ਉਸ ਸਭ ਦੇ ਬਾਰੇ ਅੱਜ ਆਪਾਂ ਗੱਲ ਕਰ ਲੈਂਦੇ ਹਾਂ, ਜੋ ਕਿ ਕੋਈ ਨਹੀਂ ਦੱਸਦਾ, ਬਹੁਤ ਘੱਟ ਲੋਕ ਦੱਸਦੇ ਆ, ਸਾਰੇ ਆਪਣੀ ਵਧੀਆ ਚੀਜ਼ਾਂ ਹੀ ਦੱਸਦੀਆਂ ਨੇ, ਮੈਂ ਇਹ ਕੀਤਾ ਉਹ ਕੀਤਾ, ਬਟ ਇਹ ਚੀਜ਼ਾਂ ਕੋਈ ਨਹੀਂ ਦੱਸਦਾ। ਸੋ ਇਹ ਮੈਂ ਤੁਹਾਨੂੰ ਕਿਵੇਂ ਦੱਸਾਂਗਾ, ਮੈਂ ਆਪਣੀ ਜਿਹੜੀ 1 ਸਾਲ ਦੀ ਮੇਰੀ ਜਰਨੀ ਹੈ ਉਹ ਸਾਰੀ ਤੁਹਾਨੂੰ ਐਕਸਪਲੇਨ ਕਰ ਦਾਂਗਾ, ਕਿ ਮੈਨੂੰ ਕਿੰਨੇ ਟਾਈਮ ਮੈਨੂੰ ਕੰਮ ਨਹੀਂ ਮਿਲਿਆ, ਕੀ ਮੈਂ ਕੰਮ ਕੀਤਾ, ਕੈਸਾ ਕੈਸਾ ਹਾਰਡ ਵਰਕ ਕਿਹੜਾ ਕੀਤਾ ਮੈਂ, ਕਿੰਨੀ ਕਰ ਮੈਂ ਐਸ਼ ਕੀਤੀ, ਮੈਂ ਆਪਣੇ ਕੋਲੇਜ ਜਾਂਦਾ ਸੀ, ਕਿੰਨੀ ਦੂਰ ਸੀ ਮੇਰਾ ਕੋਲੇਜ, ਸੋ ਸਨੋਹ 'ਚ ਕਿੱਦਾਂ ਗਏ ਇੰਨਾ ਟਾਈਮ, ਸੋ ਸਾਰਾ ਕੁਛ ਮੈਂ ਤੁਹਾਨੂੰ ਦੱਸ ਦਿੰਦਾ। ਅਤੇ ਸਟਾਰਟ ਕਰਨੇ ਆਪਾਂ 14 ਦਸੰਬਰ 2018 ਤੋਂ। 14 ਦਸੰਬਰ 2018 ਨੂੰ ਮੈਂ ਲੈਂਡ ਕੀਤਾ ਆਪਣੇ ਟੋਰੋਂਟੋ ਏਅਰਪੋਰਟ 'ਤੇ, ਅਤੇ ਮੈਨੂੰ ਲੈਣ ਆਏ ਸੀ ਤਰਨ, ਜੋ ਕਿ ਆਪਾਂ ਇਕੱਠੇ ਪੜ੍ਹਦੇ ਸੀ, ਮੇਰਾ ਸੀਨੀਅਰ ਸੀ ਤਰਨ, ਆਪਣੇ ਡੀ ਪੀ ਐੱਸ 'ਚ, ਦਿੱਲੀ ਪਬਲਿਕ ਸਕੂਲ 'ਚ ਆਪਾਂ ਇਕੱਠੇ ਪੜ੍ਹਦੇ ਸੀ ਇੰਡੀਆ, ਜੋ ਵੀ ਮੈਂ 9th and 10th ਸੀ ਉਸ ਟਾਈਮ, ਸੋ 9th 10th ਮੈਂ ਆਪਾਂ ਇਕੱਠੇ ਕੀਤੀ ਉਸ ਟਾਈਮ, ਕਾਫੀ 2 ਸਾਲ ਆਪਾਂ ਮਿਲੇ ਨਹੀਂ, ਬਟ ਕਿਉਂਕਿ ਮੇਰਾ ਕੋਈ ਹੈ ਨਹੀਂ ਸੀ ਇੱਥੇ ਕੈਨੇਡਾ 'ਚ, ਕੋਈ ਵੀ ਨਹੀਂ ਸੀ ਮੇਰਾ, ਮੈਂ ਜਿਨ੍ਹਾਂ ਦੇ ਘਰ ਰਹਿਣਾ ਪਿਆ ਇਹਨਾਂ ਨਾਲ ਵੀ ਸਾਡੀ ਗੱਲ 1 ਮਹੀਨਾ ਕੁ ਪਹਿਲਾਂ ਹੋਈ ਸੀ, ਜਿਹੜੇ ਸਾਡੇ ਰਿਲੇਟਿਵ ਵੀ ਲਾ ਲਓ, ਹੁਣ ਤਾਂ ਰਿਲੇਟਿਵ ਬਣ ਗਏ ਨੇ, ਵੈਸੇ ਜਾਣਕਾਰ ਸੀ, ਇਹਨਾਂ ਨਾਲ ਗੱਲ ਹੋਈ, ਸੋ ਕੋਈ ਵੀ ਨਹੀਂ ਆਈ ਮੇਰਾ ਕੈਨੇਡਾ 'ਚ, ਕਿਸੇ ਨੂੰ ਮੈਂ ਜਾਣਦਾ ਨਹੀਂ, ਇੱਕ ਮੇਰੀ ਭੂਆ ਜੀ ਦੀ ਕੁੜੀ ਸੀ, ਉਹ ਵੀ 2-3 ਮਹੀਨੇ ਪਹਿਲਾਂ ਆਈ ਸੀ, ਅਤੇ ਉਹਨੂੰ ਵੀ ਜ਼ਿਆਦਾ ਕੁਛ ਪਤਾ ਨਹੀਂ ਸੀ ਕਿੱਦਾਂ ਲੈਣ ਆਉਂਦੀ ਨਾ ਗੱਡੀ ਉਹਦੇ ਕੋਲ। ਸੋ ਤਰਨ ਨਾਲ ਕਾਫੀ ਸੀ ਮੇਰੀ, ਸੋ ਵੈਸੇ ਆਪਾਂ ਗੱਲ ਨਹੀਂ ਕੀਤੀ ਕਾਫੀ ਦੇਰ ਦੀ, ਪਰ ਤਰਨ ਨੂੰ ਮੈਂ ਫੋਨ ਕਰਕੇ ਕਿਹਾ, ਅਤੇ ਤਰਨ ਮੈਨੂੰ ਏਅਰਪੋਰਟ 'ਤੇ ਲੈਣ ਆਇਆ, ਅਤੇ ਫਿਰ ਪਹਿਲਾ ਦਿਨ ਜਿਸ ਦਿਨ ਮੈਂ ਆਇਆ ਸੀ ਉਸੇ ਦਿਨ ਤਰਨ ਦਾ 12 ਵਜੇ ਮਤਲਬ ਬਰਥਡੇ ਸਟਾਰਟ ਹੋ ਜਾਣਾ ਸੀ, ਅਗਲੇ ਦਿਨ ਮੈਂ ਰਾਤੀ 11:30-11 ਵਜੇ ਆਇਆ ਸੀ, ਅਤੇ ਉਸ ਦਿਨ ਤਰਨ ਦਾ ਬਰਥਡੇ ਸੀ, ਆਪਾਂ ਤਰਨ ਦਾ ਬਰਥਡੇ ਸੈਲੀਬ੍ਰੇਟ ਕੀਤਾ, ਤਰਨ ਦੇ ਘਰ ਹੀ ਮੈਂ ਰੁਕਿਆ ਜਿੱਥੇ ਉਹ ਪਹਿਲਾਂ ਰਹਿੰਦਾ ਸੀ, ਅਤੇ ਬਾਕੀ ਅਗਲੇ ਦਿਨ ਫਿਰ ਮੈਂ ਇੱਥੇ ਆ ਗਿਆ ਸੀ ਆਪਣੇ ਬੈਗ ਬੁੱਗ ਲੈ ਕੇ। ਸੋ ਇੱਥੇ ਤਾਂ ਆ ਗਏ, ਬਟ ਮੈਂ ਜ਼ਿਆਦਾ ਤਰਨ ਨਾਲ ਹੀ ਰਹਿੰਦਾ ਸੀ, ਤਰਨ ਮੈਨੂੰ ਆ ਕੇ ਲੈ ਜਾਂਦਾ ਸੀ ਗੱਡੀ 'ਤੇ, ਤਰਨ ਨੇ ਗੱਡੀ ਲੈ ਲਈ ਸੀ, ਆਉਂਦੇ ਸੀ 65 ਉਸ ਟਾਈਮ ਉਹਦੇ ਕੋਲ। ਸੋ ਆਪਾਂ ਫਿਰ ਚਲੇ ਜਾਣਾ, ਘੁੰਮਦੇ ਫਿਰਦੇ ਰਹੇ ਆਪਣੇ, 31 ਤਰੀਕ ਤੱਕ ਮੈਂ ਇੱਥੇ ਰਿਹਾ, ਮਤਲਬ 14 ਤੋਂ 31, 15 ਦਿਨ ਹੋ ਗਏ, ਠੀਕ ਹੈ, 2 ਜ਼ਿਆਦਾ ਹੋ ਗਏ ਪਰ ਮੈਂ 2 ਉੱਧਰ ਰਿਹਾ ਸੀ ਤਾਂ ਕਰਕੇ, ਸੋ 15 ਦਿਨ ਮੈਂ ਇੱਥੇ ਰਿਹਾ। ਫਿਰ ਮੈਂ ਅਤੇ ਤਰਨ ਨੇ ਇਕੱਠਿਆਂ ਨੇ ਆਪਾਂ ਮਤਲਬ ਰੋਜ਼ ਇਕੱਠੀ ਰਹਿੰਦੇ ਸੀ, ਇੰਨੇ 15 ਦਿਨ ਇਕੱਠੇ ਰਹੇ, ਸੋ ਆਪਾਂ ਇੱਕ ਰੂਮ ਲੱਭ ਲਿਆ ਦੋਨਾਂ ਨੇ ਇਕੱਠਾ, ਤਰਨ ਨੇ ਉੱਥੋਂ ਛੱਡਤਾ, ਅਤੇ ਮੇਰੇ ਨਾਲ ਆਪਾਂ ਦੋਨੋਂ ਇਕੱਠੇ ਹੋ ਕੇ ਇੱਕ ਆਪਾਂ ਰੂਮ ਲੱਭ ਲਿਆ, ਜੋ ਕਿ 1 ਰੂਮ ਹੀ ਘਰ ਦੇ ਵਿੱਚ, ਜੋ ਕਿ ਤੁਹਾਨੂੰ ਪਤਾ ਹੀ ਹੈ ਜਿਹੜੇ ਮੇਰੇ ਸ਼ੁਰੂ ਤੋਂ ਵੀਡੀਓਜ਼ ਦੇਖ ਰਹੇ ਨੇ ਉਹਨਾਂ ਨੂੰ ਉਹਦੇ ਬਾਰੇ ਪਤਾ ਹੀ ਹੈ, ਮੈਂ ਦੱਸਿਆ ਸੀ, ਜਿਹਦਾ ਰੈਂਟ ਹੀ $350, $350 ਜਿਹਦਾ ਰੈਂਟ ਸੀ, ਆਪਾਂ ਉਹਦਾ $350 ਰੈਂਟ ਦਿੰਦੇ ਸੀ। ਸੋ ਇੰਨੇ ਦਿਨ ਮੈਂ ਕੋਈ ਕੰਮ ਨਹੀਂ ਕੀਤਾ, ਬਸ ਕਿਉਂਕਿ ਕ੍ਰਿਸਮਸ ਆ ਗਏ, ਵੈਸੇ ਸਾਰੇ ਕੰਮ ਬੰਦ ਸੀ, ਐਸ਼ ਹੀ ਕੀਤੀ, ਇੱਧਰ ਉੱਧਰ ਘੁੰਮਦੇ ਰਹੇ, ਰਾਤੀ ਘੁੰਮਦੇ ਰਹਿਣਾ ਤਰਨ ਨਾਲ, ਇੰਨੇ ਦਿਨ ਐਸ਼ ਕੀਤੀ। ਬਾਕੀ ਫਿਰ ਮੈਂ 31 ਜਦੋਂ ਨਿਕਲ ਗਈ ਤਰੀਕ, ਫਿਰ ਮੈਂ ਆਪਣੀ 4 ਤਰੀਕ ਜਾ ਕੇ ਆਪਣੀ GIC ਸਟਾਰਟ ਕਰਾਈ ਜੀ, ਅਤੇ 2 ਤਰੀਕ ਨੂੰ ਮੈਂ ਕਾਲਜ ਜਾ ਕੇ ਆਇਆ, ਆਪਣੀ ਰਜਿਸਟ੍ਰੇਸ਼ਨ ਕਰਾ ਕੇ ਆਇਆ, ਇੰਨੇ ਦਿਨ ਮੈਂ ਮਤਲਬ ਵਿਹਲਾ ਲਿਆ, ਕੁਛ ਨਹੀਂ ਕਰਿਆ। ਸੋ GIC ਸਟਾਰਟ ਹੋ ਗਈ, $2000 ਆ ਗਿਆ ਅਕਾਊਂਟ 'ਚ, ਖਰਚਾ ਆ ਗਿਆ, ਤੁਸੀਂ ਅੱਗੇ ਦੇਖ ਲਓ, 2-2.5 ਮਹੀਨੇ ਦਾ ਖਰਚਾ ਆ ਗਿਆ ਮੇਰੇ ਕੋਲ। ਬਟ ਉਸ ਟਾਈਮ ਮੈਂ ਇੱਕ ਸਮਝਦਾਰੀ ਵਾਲੀ ਚੀਜ਼ ਕਰਤੀ,
ਉਹ ਮੈਂ ਇਹ ਕਰਤੀ ਕਿ ਜਿਹੜੇ ਮੇਰੇ $2,000 ਚੋਂ $1,500 ਸੀ ਉਹ ਮੈਂ ਘਰੇ ਭੇਜਤਾ ਆਪਣੇ ਰੈਮਿਟਲੀ ਐਪ ਹੈ ਕੋਈ ਤੋਂ ਉਹ ਤੋਂ ਮੈਂ ਘਰੇ ਪਾਪਾ ਦੇ ਅਕਾਊਂਟ 'ਚ ਭੇਜਤਾ ਔਰ ਵੈਸੇ ਹੀ ਮੈਂ $1,400 ਦੇ ਨਾਲ ਲੈ ਕੇ ਆਇਆ ਸੀ ਕੈਸ਼ ਆਈ ਥਿੰਕ 1,200 ਲੈ ਕੇ ਆਇਆ ਜੀ ਮੈਂ ਸੋ ਉਹਦੇ ਨਾਲ ਮੈਂ ਆਪਣਾ ਖਰਚਾ ਕੱਢਿਆ ਰੈਂਟ ਵਗੈਰਾ ਦਿੱਤਾ ਸੋ ਉਹ ਸਭ ਤੋਂ ਸਮਝਦਾਰੀ ਵਾਲੀ ਗੱਲ ਕੀਤੀ ਮੈਂ ਜਿਹੜਾ $1,500 ਮੈਂ ਘਰੇ ਭੇਜਤਾ ਅਗਰ ਮੈਂ ਨਾ ਭੇਜਦਾ ਤਾਂ ਉਹ ਵੀ ਮੇਰਾ ਖਰਚ ਹੋ ਜਾਣਾ ਸੀ ਔਰ ਮੈਂ ਭੇਜਤਾ ਫੀਸ ਦੇ ਟਾਈਮ ਡੈਡੀ ਨੇ ਉਹ ਵੀ ਨਾਲ ਭੇਜ ਦਿੱਤਾ ਇੱਕ ਹੈਲਪ ਹੋ ਗਈ ਡੈਡੀ ਨੂੰ ਕਿਉਂਕਿ ਫੀਸ ਮੈਂ ਥੋੜ੍ਹੀ ਜਿਹੀ ਘਰੋਂ ਮੰਗਾਈ ਉਹ ਮੈਂ ਤੁਹਾਨੂੰ ਅੱਗੇ ਦੱਸਣਾ ਕਿੱਦਾਂ ਸਭ ਸੋ ਕੋਈ ਕੰਮ ਨਹੀਂ ਕੀਤਾ ਇੰਨੇ ਦਿਨ ਆਪਣੇ 8 ਤਰੀਕ ਆਈ 8 ਜਨਵਰੀ ਦੀ ਇੱਕ ਮਹੀਨਾ ਹੋ ਗਿਆ ਮੈਨੂੰ ਇੱਕ ਮਹੀਨੇ ਤੋਂ ਉੱਪਰ ਹੀ ਹੋ ਗਿਆ ਆਈ ਥਿੰਕ 8 ਨੂੰ ਮੈਂ ਕੰਮ ਦਾ ਪਤਾ ਕਰਨਾ ਸ਼ੁਰੂ ਕੀਤਾ ਕਿ ਹੁਣ ਕੰਮ ਲੱਭਣਾ ਜ਼ਰੂਰੀ ਹੈ ਬੜੇ ਕੰਮ ਲੱਭੇ ਕੋਈ ਸੂਤ ਨਹੀਂ ਆਇਆ ਕੋਈ ਵਧੀਆ ਕੰਮ ਨਹੀਂ ਮਿਲਿਆ ਠੀਕ ਹੈ ਸੋ ਵਧੀਆ ਕਿ ਕੋਈ ਮਿਲਿਆ ਹੀ ਨਹੀਂ ਮੈਨੂੰ ਕੰਮ ਇੰਨੇ ਦਿਨ ਕਿਉਂਕਿ ਉਸ ਟਾਈਮ 'ਤੇ ਕੰਮ ਹੁੰਦਾ ਹੀ ਨਹੀਂ ਕ੍ਰਿਸਮਸ ਦੇ ਟਾਈਮ ਸੋ ਉਹਦੇ ਬਾਅਦ ਕੋਈ 15 ਜਾਂ 16 ਤਰੀਕ ਨੂੰ ਇੱਕ ਮਹੀਨੇ ਬਾਅਦ ਆਪਾਂ ਜਿਹੜੇ 4-5 ਯਾਰ ਦੋਸਤ ਆਏ ਸੀ ਇੰਡੀਆ ਤੋਂ ਇਕੱਠੇ ਹਰਕੀਰਤ ਹਰਸ਼ ਆਪਾਂ ਸਾਰੇ ਹੀ ਜਿਹੜੇ ਅੰਬਾਲੇ ਦੇ ਸਾਰੇ ਆਪਾਂ ਇਕੱਠੇ ਆਏ ਸੇਮ ਕੋਲੇਜ ਸੋ ਉਹਨਾਂ ਨੂੰ ਇੱਕ ਸ਼ਿਫਟ ਮਿਲੀ ਜੋ ਕਿ ਸੀ ਟਰੱਕ ਅਨਲੋਡਿੰਗ ਦੀ ਉਹ ਆਪਾਂ ਚਾਰੋ ਦੋਸਤਾਂ ਨੇ ਇਕੱਠੇ ਜਾ ਕੇ ਉਹ ਟਰੱਕ ਅਨਲੋਡ ਕੀਤਾ ਇੱਕ ਉਹ ਟਰੱਕ 'ਚ ਸਮਾਨ ਇੱਦਾਂ ਮਤਲਬ ਭਾਰਾ ਸਮਾਨ ਹੀ ਪੈਕਡ ਸੀ ਸਮਾਨ ਉਹ ਸਾਰਾ ਆਪਾਂ ਲੋਡ ਕੀਤਾ ਅਨਲੋਡ ਕੀਤਾ 4.5 ਘੰਟੇ ਦੀ ਸਾਡੀ 4.5 ਜਾਂ 5 ਘੰਟੇ ਦੀ ਸਾਡੀ ਉਹ ਸ਼ਿਫਟ ਲੱਗੀ ਔਰ ਉਹ ਬਹੁਤ ਔਖਾ ਟਾਈਮ ਨਿਕਲਿਆ ਸਾਡਾ ਉਸ ਦਿਨ ਔਖਾ ਇਨ ਦੀ ਸੈਂਸ ਕਿ ਉਂਝ ਤਾਂ ਨਿਕਲ ਗਿਆ ਦੂਸਰੀ ਜਗ੍ਹਾ ਨਾਲੋਂ ਸੌਖਾ ਥੋੜ੍ਹਾ ਲੱਗਿਆ ਉਹ ਤਾਂ ਕਰਕੇ ਰੱਖਿਆ ਕਿ ਆਪਾਂ ਚਾਰੋਂ ਇਕੱਠੇ ਹੀ ਪਰ ਆਪਾਂ ਮਤਲਬ ਹਰ 10-15 ਮਿੰਟ ਬਾਅਦ ਇਹੀ ਸੋਚ ਰਹੇ ਸੀ ਕਿ ਕਦੋਂ ਟਾਈਮ ਹੋਏਗਾ ਕਦੋਂ ਅਨਲੋਡ ਹੋਏਗਾ ਟਰੱਕ ਖਤਮ ਹੋਏਗਾ ਅਤੇ ਆਪਾਂ ਘਰੇ ਜਾਈਏ ਕਿਉਂਕਿ ਟਰੱਕ ਅਨਲੋਡਿੰਗ ਇੰਨੀ ਸੌਖੀ ਨਹੀਂ ਹੈ ਭਾਰਾ ਹੀ ਸਮਾਨ ਆਪਾਂ ਸਾਰਿਆਂ ਨੇ ਕੀਤਾ ਉਹ ਟਰੱਕ ਅਨਲੋਡ ਸੋ ਦੈਨ ਉਹ ਸ਼ਿਫਟ ਖਤਮ ਹੋਈ ਅਤੇ ਜਿਹੜੇ ਉਹ ਜਿਹਦਾ ਟਰੱਕ ਹੀ ਜਿਹਨੇ ਅਨਲੋਡ ਕਰਵਾਇਆ ਸੀ ਉਹਨੇ ਸਾਨੂੰ $20 ਦਿੱਤੀ ਟਿਪ ਸੋ $20 ਸਾਨੂੰ ਟਿਪ ਮਿਲੀ ਉੱਥੋਂ ਐਂਡ $14 ਤਾਂ ਕੰਮ ਹੀ ਕੱਟ ਕਟਾ ਕੇ $12 ਆਉਣੇ ਸੀ ਘੰਟੇ ਦੇ ਅਤੇ $60 ਮੈਨੂੰ ਉੱਥੋਂ ਆ ਗਏ ਜੋ ਸਾਨੂੰ ਮਿਲੇ 2 ਹਫ਼ਤਿਆਂ ਬਾਅਦ ਸੋ ਇਹ ਸੀ ਮੇਰੀ ਕੈਨੇਡਾ ਦੀ ਫਸਟ ਕਮਾਈ ਜੋ ਕਿ ਸੀ $80 ਅਤੇ ਬਾਕੀ ਮੇਰਾ 14 ਨੂੰ ਕੰਮ ਕੀਤਾ ਮੈਂ ਉਹ ਮੇਰਾ ਕੋਲੇਜ ਵੀ ਨਾਲ ਹੀ ਸਟਾਰਟ ਹੋ ਗਿਆ ਅਤੇ ਆਪਾਂ ਕੋਲੇਜ ਜਾਣ ਲੱਗ ਗਏ ਕੋਲੇਜ ਮੇਰਾ ਇੱਥੋਂ ਮੈਨੂੰ 2 ਘੰਟੇ ਲੱਗ ਜਾਂਦੇ 2-2.5 ਘੰਟੇ ਮੈਂ ਬੱਸ 'ਤੇ ਜਾਂਦਾ ਇਹਦੇ ਬਟ ਮੇਰਾ ਸ਼ੁਰੂ ਤੋਂ ਹੀ ਤਰਨ ਨੇ ਬਹੁਤ ਸਾਥ ਦਿੱਤਾ ਤਰਨ ਦਾ ਸੈਂਟੇਨੀਅਲ ਕੋਲੇਜ ਹੀ ਅਤੇ ਬਟ ਇਹੀ ਫਸਟ ਸਮੈਸਟਰ 'ਚ ਮੇਰਾ ਸਕੈਡਿਊਲ ਥੋੜ੍ਹਾ ਅਲੱਗ ਸੀ ਅਤੇ ਇੱਕ ਜਾਂ ਦੋ ਦਿਨ ਮੈਂ ਤਰਨ ਦੇ ਨਾਲ ਚਲੇ ਜਾਂਦਾ ਸੀ ਪਰ ਆਉਣਾ ਮੈਨੂੰ ਖੁਦ ਪੈਂਦਾ ਸੀ ਜਾਂ ਫਿਰ ਇੱਕ ਦਿਨ ਮੈਨੂੰ ਜਾਣਾ ਵੀ ਆਪੇ ਪੈਂਦਾ ਸੀ ਤਰਨ ਨੇ ਛੁੱਟੀ ਮਾਰ ਲਈ ਫਿਰ ਵੀ ਆਪੇ ਜਾਣਾ ਪੈਂਦਾ ਸੀ ਔਰ ਠੰਡ ਬਹੁਤ ਹੋ ਗਈ ਸਨੋਅ ਹੋ ਗਈ ਸੀ ਅਤੇ ਮੈਨੂੰ 2.5 ਘੰਟੇ ਲੱਗ ਜਾਣੇ ਘਰੋਂ ਉੱਥੇ ਤੱਕ ਪਹੁੰਚਣੇ ਦੇ ਅਤੇ ਆਉਣੇ ਜਾਣੇ ਦਾ ਮੇਰਾ ਖਰਚਾ ਜਿਹੜਾ ਹੁੰਦਾ ਸੀ ਉਹ ਹੁੰਦਾ ਸੀ $10 ਕਿਉਂਕਿ ਮੈਂ ਉਸ ਟਾਈਮ ਅੰਡਰ 19 ਸੀ ਅਤੇ ਮੇਰੇ $2.5 ਕੱਢਦੇ ਸੀ ਇੱਕ ਵਾਰੀ ਟੈਪ ਕਰਨ ਦੇ ਸੋ ਇੱਥੋਂ ਮੈਂ ਜਾਂਦਾ ਸੀ ਨੋਰਦਰਨ ਕੋਲੇਜ ਬਰੈਂਪਟਨ ਤੋਂ ਪਹਿਲਾਂ ਮੈਂ ਬਰੈਂਪਟਨ ਵਾਲੀ ਬੱਸ ਲੈਣੀ ਉਹਦੇ $2.5 ਕੱਟਣੇ 2 ਬੱਸਾਂ ਲੈਣੀਆਂ ਫਿਰ ਅੱਗੇ ਜਾ ਕੇ ਇੱਕ ਬੱਸ ਲੈਣੀ ਜਿਹੜੀ ਟੋਰੋਂਟੋ ਵਾਲੀ ਹੈ TTC ਉਹ 'ਚ ਟੈਪ ਕਰਨਾ ਸਬਵੇ ਸਟੇਸ਼ਨ 'ਤੇ ਪਹੁੰਚਣਾ ਅਤੇ ਉਹ 'ਚ ਟੈਪ ਕਰਨਾ ਉਹ 'ਚ ਦੋਨਾਂ 'ਚ ਇੱਕ ਹੀ ਚੱਲ ਜਾਂਦੇ ਸੀ ਪੈਸੇ ਬੱਸ ਵਾਲੇ ਅਤੇ ਬੱਸ ਵਾਲੇ ਅੱਗੇ ਚੱਲ ਜਾਂਦੇ ਸੀ ਪੈਸੇ ਉਹ ਟ੍ਰੇਨ ਤੋਂ ਮੈਂ ਜਾਣਾ ਆਪਣੇ ਉੱਥੇ ਇੱਕ ਸਟੇਸ਼ਨ ਹੈ ਕੈਨੇਡੀ ਸਟੇਸ਼ਨ ਕਿਪਲਿੰਗ ਤੋਂ ਕੈਨੇਡੀ ਤੱਕ ਜਾਣਾ 1 ਘੰਟਾ ਮੈਨੂੰ ਟ੍ਰੇਨ 'ਚ ਲੱਗਣਾ 1 ਘੰਟਾ 10 ਮਿੰਟ ਕੁਛ ਅਰਾਊਂਡ ਉੱਥੋਂ ਮੈਂ ਹੋਰ ਟ੍ਰੇਨ ਲੈਣੀ ਜਿਹ 'ਚ 5 ਮਿੰਟ ਲੱਗਦੇ ਸੀ ਮੈਨੂੰ ਉਹ ਵੀ ਸਬਵੇ ਹੀ ਉਹ ਮਤਲਬ ਉੱਪਰ ਚੱਲਦੀ ਸੀ ਹੈ ਅੰਡਰਗਰਾਊਂਡ ਹੀ ਉਹ ਲੈ ਕੇ ਮੇਰੇ ਕੋਲੇਜ ਦੇ ਨਾਲ ਹੀ ਉਤਾਰਦੀ ਸੀ ਤਾਂ ਮੈਂ ਕੋਲੇਜ ਪਹੁੰਚਣਾ ਅਤੇ ਮੇਰਾ ਕੋਲੇਜ ਦਾ ਟਾਈਮ ਹੁੰਦਾ ਸੀ 8 ਵਜੇ ਦਾ ਹੋਰ ਮੈਂ ਕਦੇ ਵੀ 9 ਵਜੇ ਤੋਂ ਪਹਿਲਾਂ ਨਹੀਂ ਪਹੁੰਚਿਆ 9:30 ਤੋਂ ਪਹਿਲਾਂ ਅੱਜ ਤੱਕ ਨਹੀਂ ਪਹੁੰਚਿਆ ਬਸ ਟੈਸਟ ਵਾਲੇ ਦਿਨ ਮੈਂ ਪਹਿਲਾਂ ਪਹੁੰਚ ਗਿਆ ਕਦੇ ਵੀ ਚਾਹੇ ਆਪਾਂ ਗੱਡੀ 'ਤੇ ਜਾਣਾ ਕਦੇ ਵੀ ਮੈਂ ਟਾਈਮ ਸਿਰ ਨਹੀਂ ਪਹੁੰਚਿਆ ਕੋਲੇਜ ਕਿਉਂਕਿ ਠੰਡ ਬਹੁਤ ਸੀ ਬਹੁਤ ਆਪਾਂ ਜਾਣਾ ਉੱਥੇ ਰੋਜ਼ ਕੋਲੇਜ ਆਪਣਾ 3 ਦਿਨ ਜਾਣਾ ਹੁੰਦਾ ਸੀ ਬਾਕੀ ਕੰਮ ਕੋਈ ਵੀ ਨਹੀਂ ਮਿਲਿਆ ਵਿੱਚ ਜਿਹੜੀ ਏਜੰਸੀ ਸੀ ਜਿਹਨੇ ਸਾਨੂੰ ਟਰੱਕ ਵਾਸਤੇ ਭੇਜਿਆ ਸੀ ਉਹਦੇ ਥਰੂ ਮੈਨੂੰ ਇੱਕ ਕੰਮ ਮਿਲ ਗਿਆ ਕਦੇ ਕਦੇ ਸ਼ਿਫਟਾਂ ਦੇ ਦਿੰਦੇ ਸੀ ਉਹ ਹਫ਼ਤੇ 'ਚ 2 ਲੱਗ ਗਈਆਂ 1-2 ਲੱਗ ਗਈਆਂ $11-12 ਆਉਂਦੇ ਸੀ ਉਹਦੇ ਕੱਟ ਕਟਾ ਕੇ ਸੋ ਫਿਰ ਮੈਨੂੰ ਵਿੱਚ ਸ਼ਿਫਟ ਮਿਲ ਜਾਂਦੀ ਸੀ ਔਰ ਉਹ ਕੰਮ ਹੀ ਜਿਹੜਾ ਉਹ ਮੇਰੇ ਘਰੋਂ 1.5 ਘੰਟਾ ਲੱਗਦਾ ਸੀ ਉਹ ਕੰਮ 'ਤੇ ਪਹੁੰਚਣੇ ਵਾਸਤੇ ਅਤੇ ਉੱਥੇ ਵੀ ਮੇਰੇ $10 ਉਹੀ ਲੱਗਦੇ ਸੀ ਕਿਉਂਕਿ ਮੈਨੂੰ ਦੋ ਇੱਕ ਬਰੈਂਪਟਨ ਵਾਲੀ ਬੱਸ 'ਚ ਜਾਣਾ ਪੈਂਦਾ ਸੀ ਇੱਕ ਅੱਗੇ TTC 'ਚ ਸੋ ਤੁਸੀਂ ਆਪੇ ਦੇਖ ਲਓ ਕਿੰਨੀ ਮਤਲਬ ਉਸ ਟਾਈਮ ਸਟਰਗਲ ਸੀ ਇੱਥੋਂ ਇੰਨੀ ਦੂਰ ਜਾਣਾ ਅੱਗੇ ਪੈਦਲ ਜਾਣਾ ਉਹ ਵੀ ਇੰਨੀ ਠੰਡ 'ਚ
ਕਿ -14 ਇੰਨਾ ਟੈਂਪਰੇਚਰ ਰਹਿੰਦਾ ਸੀ, -10 ਰਹਿੰਦਾ ਸੀ। ਸੋ ਉਹ ਚੀਜ਼ ਕਿਸੇ ਨੇ ਨਹੀਂ ਦੇਖੀ, ਸਾਰੇ ਇਹ ਦੇਖਦੇ ਰਹੇ ਕਿ ਐਸ਼ ਕਰਨਾ ਪਿਆ। ਜਿਹਦਾ ਇੰਡੀਆ ਤੋਂ ਮੈਸੇਜ ਆਉਣਾ ਉਹਨੇ ਕਹਿਣਾ ਬਈ ਤੂੰ ਤਾਂ ਐਸ਼ ਕਰ ਰਿਹਾ ਉੱਥੇ, ਤੇਰੇ ਮਜ਼ੇ ਨੇ ਗੱਡੀਆਂ 'ਚ ਘੁੰਮ ਰਿਹਾ, ਕਿਉਂਕਿ ਸਟੋਰੀਆਂ ਹੀ ਆਪਾਂ ਉਹ ਪਾਉਂਦੇ ਸੀ। ਹੁਣ ਕੰਮ ਦਿੱਤੇ ਜਾ ਕੇ ਤਾਂ ਕੋਈ ਆਪਾਂ, ਅਤੇ ਉੱਥੇ ਕਿਹੜਾ ਕੰਮ ਹੀ ਉਹ ਮੈਂ ਦੱਸ ਦਿੰਦਾ ਤੁਹਾਨੂੰ, ਜਿਹੜਾ ਮੈਨੂੰ ਇੰਨੇ ਦਿਨ ਕੰਮ ਕੀਤਾ। ਉਹ ਮੇਰਾ ਕੰਮ ਸੀ ਆਪਣੇ ਫਰੂਟਸ ਵਗੈਰਾ ਅਲੱਗ ਅਲੱਗ ਕਰਨ ਦਾ, ਫਰੂਟਸ ਕੱਢ ਕੇ ਅਲੱਗ ਕਰ ਦੇਣੇ, ਗਲੇ ਹੋਏ ਇੱਧਰ ਰੱਖ ਦੇਣੇ, ਉਹ ਸਭ ਕੰਮ ਸੀ। ਸੋ ਉਹ ਤਾਂ ਕਿਸੇ ਨੇ ਹੁਣ ਉੱਥੇ ਜਾ ਕੇ ਉਹ ਸਟੋਰੀ ਤਾਂ ਪਾਈ ਨਹੀਂ ਕਦੇ ਵੀ ਕਿ ਮੈਂ ਫਰੂਟ ਅਲੱਗ ਕਰ ਰਿਹਾ, ਠੀਕ ਹੈ, ਕਿਉਂਕਿ ਬੰਦਾ ਆਪੇ ਸੋਚਦਾ ਦਿਮਾਗ 'ਚ ਆਉਂਦਾ ਯਾਰ ਇਹ ਥੋੜ੍ਹੀ ਸਟੋਰੀ ਸਟੋਰੀ ਪਾਵਾਂਗੇ ਆਪਾਂ, ਇੰਨੇ ਲੋਕ ਦੇਖ ਰਹੇ ਆ। ਸੋ ਉਹ ਸਟੋਰੀ ਤਾਂ ਆਪਾਂ ਕਦੇ ਪਾਈ ਨਹੀਂ, ਨਾ ਕਿਸੇ ਨੇ ਦੇਖੀ ਨਹੀਂ। ਸੋ ਸਾਰਿਆਂ ਨੂੰ ਲੱਗਿਆ ਕਿ ਐਸ਼ ਕਰ ਰਿਹਾ। ਸੋ ਉਹ ਟਾਈਮ ਨਿਕਲ ਗਿਆ, ਫਿਰ ਉਹਦੇ ਬਾਅਦ ਸਾਨੂੰ ਕੰਮ ਤਾਂ ਫਿਰ ਵੀ ਨਹੀਂ ਮਿਲਿਆ ਕਿਤੇ ਵੀ, ਉਹੀ ਕੰਮ ਕਰਦੇ ਰਹੇ। ਫਿਰ ਅੱਗੇ ਕੀ ਹੋਇਆ ਸੀ, ਆਪਣਾ ਫੈਬ ਮਾਰਚ ਇੱਕ ਸਮੈਸਟਰ ਸਾਡਾ ਕੰਪਲੀਟ ਹੋ ਗਿਆ, ਠੀਕ ਹੈ, ਆਈ ਆਈ ਚੱਕਰਾਂ 'ਚ ਇੱਕ ਦੋ ਦਿਨ ਸ਼ਿਫਟ 'ਤੇ ਚਲੇ ਜਾਣਾ, ਅਤੇ ਇੱਕ ਸਮੈਸਟਰ 'ਚ ਆਪਾਂ ਹੋ ਗਏ ਪਾਸ। ਪੜ੍ਹੇ ਪੁੜੇ ਜ਼ਿਆਦਾ ਨਹੀਂ, ਘੱਟ ਹੀ ਭਰੇ ਪੜ੍ਹੇ ਪਰ ਪਾਸ ਹੋ ਗਏ। ਅਤੇ ਆਪਣੇ ਫਸਟ ਸਮੈਸਟਰ ਦੀ ਇੱਕ ਗੱਲ ਮੈਂ ਦੱਸਣੀ ਭੁੱਲ ਗਿਆ। ਇੱਕ ਦਿਨ ਮੈਂ ਕੰਮ 'ਤੇ ਗਿਆ ਸੀ, ਅਤੇ 8 ਘੰਟੇ ਸ਼ਿਫਟ ਸੀ ਮੇਰੀ ਉਹ, ਅਤੇ ਉਹ ਕੰਮ 'ਤੇ ਗਏ ਅਤੇ ਜਦੋਂ 4 ਘੰਟੇ ਹੋਏ ਤਾਂ ਪਤਾ ਚੱਲਿਆ ਕਿ ਬਾਹਰ ਸਨੋਅ ਪੈ ਰਹੀ ਹੈ ਬਹੁਤ ਜ਼ਿਆਦਾ, ਅਤੇ ਉਸ ਦਿਨ ਸਨੋਅ ਸਟ੍ਰੋਮ ਦਾ ਹਾਈ ਅਲਰਟ ਸੀਗੀ, ਉਸ ਦਿਨ ਸਨੋਅ ਸਟ੍ਰੋਮ ਸੀ। ਅਤੇ ਜਿਹੜੇ ਇੱਥੇ ਨੇ ਕੈਨੇਡਾ ਉਹਨਾਂ ਸਾਰਿਆਂ ਨੂੰ ਪਤਾ ਹੋਣਾ ਹੈ ਕਿ ਇੱਕ ਦਿਨ ਸਨੋਅ ਸਟ੍ਰੋਮ ਆਇਆ ਸੀ, ਬਹੁਤ ਜ਼ਿਆਦਾ ਸਨੋਅ ਪਈ ਸੀ। ਅਤੇ ਉਸ ਦਿਨ ਮੈਂ ਕੰਮ 'ਤੇ ਸੀ, ਠੀਕ ਹੈ, ਅਤੇ ਰਾਤ ਸ਼ਾਮ ਦੇ 5 ਵਜੇ ਮੈਂ ਕੰਮ ਤੋਂ ਵਿਹਲਾ ਹੋਇਆ, ਅਤੇ ਬਾਹਰ ਜਦੋਂ ਨਿਕਲਿਆ ਅਤੇ ਬਹੁਤ ਜ਼ਿਆਦਾ ਸਨੋਅ ਸੀ, ਕੁਛ ਲੱਭ ਵੀ ਨਹੀਂ ਰਿਹਾ ਸੀ, ਇੰਨੀ ਜ਼ਿਆਦਾ ਸਨੋਅ ਸੀ। ਐਂਡ ਇੱਥੇ ਤੱਕ ਮੇਰੇ ਗੋਡਿਆਂ ਤੱਕ, ਮੈਂ ਪੈਰ ਰੱਖਦਾ ਸੀ ਅਤੇ ਗੋਡੇ ਤੱਕ ਅੰਦਰ ਜਾਂਦੇ ਸੀ ਮੇਰੇ, ਉਸ ਦਿਨ ਸੇਫਟੀ ਸ਼ੂਜ਼ 'ਚ ਸੀ ਮੈਂ, ਅਤੇ ਗੋਡੇ ਤੱਕ ਮੇਰੇ ਸਨੋਅ ਦੇ ਅੰਦਰ ਜਾਂਦੇ ਸੀ, ਇੰਨੀ ਜ਼ਿਆਦਾ ਸਨੋਅ ਸੀ ਉਸ ਦਿਨ। ਹੋਰ ਉੱਪਰੋਂ ਪਈ ਜਾ ਰਹੀ ਠੰਡ, ਪੂਰੀ -10 ਦੇ ਕਰੀਬ ਹੀ ਸੀ। ਸੋ ਮੈਂ ਜੈਕਟ ਪਾ ਕੇ ਨਿਕਲਿਆ, ਬੱਸ ਸਟੋਪ ਤੱਕ ਗਿਆ, ਬੱਸ ਸਟੋਪ ਦਾ ਉੱਪਰ ਸ਼ੈੱਡ ਵੀ ਨਹੀਂ ਸੀ, ਕੁਛ ਨਹੀਂ ਸੀ, ਅਤੇ ਉੱਥੇ ਖੜ੍ਹਾ ਹੋਇਆ। ਅਤੇ ਉੱਥੇ ਜਾ ਕੇ ਪਤਾ ਚੱਲਿਆ, ਜਦੋਂ ਚੈੱਕ ਕੀਤਾ ਕਿ ਬੱਸ ਸਰਵਿਸ ਬੰਦ ਹੈ, ਜਿਹੜੀ ਬੱਸ ਹੈ ਅਗਲੀ ਉਹ ਹੈ ਹੀ ਨਹੀਂ 4-5 ਘੰਟੇ ਤੱਕ। ਅਤੇ ਪਰ ਉਸ ਦਿਨ ਮੈਨੂੰ ਉੱਥੇ ਜਿਹੜਾ ਵੀਰ ਸੀ ਮੇਰੇ ਨਾਲ ਇੱਕ ਕੰਮ ਕਰ ਰਿਹਾ ਸੀ, ਸੋ ਉਹਦੇ ਕੋਲ ਗੱਡੀ ਸੀ, ਅਤੇ ਉਹਦੇ ਨਾਲ ਮੈਂ ਆ ਗਿਆ। ਉਹਨੇ ਮੈਨੂੰ ਬ੍ਰੈਂਪਟਨ ਟਰਮੀਨਲ ਹੈ, ਇੱਕ ਬ੍ਰੈਂਪਟਨ ਗੇਟਵੇ ਟਰਮੀਨਲ ਜਿੱਥੋਂ ਸਾਰੀ ਬੱਸਿਸ ਚੱਲਦੀਆਂ ਨੇ, ਉੱਥੇ ਤੱਕ ਮੈਨੂੰ ਛੱਡਤਾ। ਔਰ ਆਪਾਂ ਇੰਨੀ ਜ਼ਿਆਦਾ ਸਨੋਅ ਸੀ ਉਸ ਦਿਨ ਕਿ ਪਤਾ ਨਹੀਂ ਚੱਲ ਰਿਹਾ ਸੀ ਡਿਵਾਈਡਰ ਕਿੱਥੇ ਆ, ਕੀ ਕਿੱਥੇ ਆ, ਕੁਛ ਨਹੀਂ ਪਤਾ ਚੱਲ ਰਿਹਾ ਸਨੋਅ 'ਚ, ਇੰਨੀ ਜ਼ਿਆਦਾ ਸਭ ਵਾਈਟ ਵਾਈਟ ਹੋ ਰੱਖਿਆ ਸੀ, ਸਨੋਅ ਸਟ੍ਰੋਮ ਸੀ ਉਸ ਦਿਨ। ਅਤੇ ਆਪਾਂ ਪੂਰੇ ਰਾਹ, ਮੈਨੂੰ ਯਾਦ ਹੈ ਕਿ 10 ਜਾਂ 15-20 ਇੰਨੀ ਦੀ ਸਪੀਡ 'ਤੇ ਗਏ ਹਾਂ, ਟੋਪ ਸਪੀਡ ਆਪਣੀ 30 ਹੋਣੀ ਆ ਉਸ ਦਿਨ, 30 ਦੀ ਸਪੀਡ 'ਤੇ ਕੈਨੇਡਾ 'ਚ ਆਪਾਂ ਜਾ ਰਹੇ ਹਾਂ ਜਿੱਥੇ ਇੰਨੇ ਖੁੱਲ੍ਹੇ ਰੋਡ ਆ। ਸੋ ਕਿੰਨੀ ਮਤਲਬ ਉੱਥੇ ਮੈਂ ਤੰਗ ਹੁੰਦਾ ਅਗਰ ਮੈਨੂੰ ਕੋਈ ਉਹ ਨਾ ਮਿਲਦੀ। ਇੱਕ ਉਬਰ ਸੀ ਸਹਾਰਾ, ਉਬਰ ਨੇ ਵੀ ਟਾਈਮ ਲਾ ਦੇਣਾ ਸੀ, ਉਬਰ ਵਾਲਾ ਵੀ ਕੋਈ ਨਾ ਆਉਂਦਾ, ਔਰ ਉਹਦੇ 'ਤੇ $40 ਲੱਗ ਜਾਣੇ ਸੀ, ਇੰਨੇ ਮੈਂ ਕਮਾਏ ਨਹੀਂ, ਠੀਕ ਹੈ, ਅੱਧੀ ਪੇ ਮੇਰੀ ਉੱਥੇ ਲੱਗ ਜਾਣੀ ਸੀ, ਠੀਕ ਹੈ, ਅਗਰ ਮੈਂ ਉਸ ਦਿਨ ਉਬਰ ਕਰਾ ਲੈਂਦਾ। ਸੋ ਤੁਸੀਂ ਆਪੇ ਦੇਖ ਲਓ ਕਿ ਸਟੂਡੈਂਟ ਲਾਈਫ ਆਪਾਂ ਕਹਿ ਤਾਂ ਦਿੰਦੇ ਹਾਂ ਕਿ ਈਜ਼ੀਲੀ ਮਿਲ ਜਾਏਗੀ ਗੱਡੀ ਲੈ ਲਈ, ਕਿੰਨਾ ਸਟਰਗਲ ਕੀਤਾ, ਸਟਰਗਲਿੰਗ ਬਹੁਤ ਆ ਸਟੂਡੈਂਟ ਲਾਈਫ। ਸੋ ਮੈਨੂੰ ਬ੍ਰੈਂਪਟਨ ਟਰਮੀਨਲ 'ਤੇ ਛੱਡਤਾ, ਜਿੱਥੇ ਮੈਂ 1 ਘੰਟੇ ਦੇ ਕਰੀਬ ਖੜ੍ਹਾ ਹੋਇਆ, ਚਲੋ ਉੱਥੇ ਦੇ ਅੰਦਰ ਮੈਂ ਖੜ੍ਹਾ ਰਿਹਾ। ਅਤੇ ਫਿਰ ਮੈਨੂੰ ਮੇਰੀ ਬੱਸ ਆਈ, ਬੱਸ ਨੇ ਮੈਨੂੰ ਘਰ ਦੇ ਕੋਲ ਲਾਇਆ, ਅਤੇ ਮੈਂ ਉਸ ਇੰਨੀ ਸਨੋਅ 'ਚ ਮੈਂ ਕੋਈ 500 ਮੀਟਰ ਦੀ ਜਿਹੜੀ ਡਿਸਟੈਂਸ ਟਰੈਵਲ ਕੀਤੀ ਨਾ, ਉਹ ਹੀ ਬੜੀ ਔਖੀ ਸੀ। ਅਤੇ ਕਈ ਵਾਰ ਆਪਾਂ 2-2 ਕਿਲੋਮੀਟਰ ਵੀ ਸਨੋਅ 'ਚ ਪੈਦਲ ਚੱਲਣਾ ਪੈ ਜਾਂਦਾ, ਕਦੇ ਕਈ ਵਾਰ ਬੱਸ ਨਹੀਂ ਹੁੰਦੀ ਅਤੇ ਕੀ ਖੜ੍ਹੇ ਰਹੀਏ। ਸੋ ਉਹੀ ਤੁਹਾਨੂੰ ਦੱਸ ਰਿਹਾ, ਈਜ਼ੀ ਨਹੀਂ ਆ ਲਾਈਫ, ਜਿਹੜਾ ਵੀ ਇੱਥੇ ਆ ਰਿਹਾ ਪ੍ਰੀਪੇਅਰਡ ਰਹੋ। ਅਤੇ ਬਾਕੀ ਫਿਰ ਫਸਟ ਸਮੈਸਟਰ ਖਤਮ ਹੋ ਗਿਆ, ਉਹਦੇ ਬਾਅਦ ਆ ਜਾਂਦੇ ਹਾਂ ਦੂਸਰੇ ਸਮੈਸਟਰ 'ਤੇ। ਦੂਸਰੇ ਸਮੈਸਟਰ 'ਚ ਇੱਕ ਬੈਨੀਫਿਟ ਹੋ ਗਿਆ ਮੇਰੇ ਕੋਲ ਕਿ ਤਰਨ ਦੀ ਅਤੇ ਮੇਰਾ ਜਿਹੜਾ ਸਕੈਡਿਊਲ ਸੀ ਉਹ ਸੇਮ ਸੀ, ਸੋ ਆਲਮੋਸਟ ਸੇਮ ਹੀ। ਇੱਕ ਦਿਨ ਮੇਰੀ ਕਲਾਸਿਸ ਸ਼ਾਮ ਨੂੰ ਹੁੰਦੀ ਅਤੇ ਉਸ ਦਿਨ ਤਰਨ ਰੁਕ ਜਾਂਦਾ ਸੀ, 2-3 ਘੰਟੇ ਮੇਰਾ ਵੇਟ ਕਰ ਲੈਂਦਾ ਸੀ ਅਤੇ ਮੈਨੂੰ ਨਾਲ ਲੈ ਕੇ ਆ ਜਾਂਦਾ ਸੀ। ਸੋ ਪੂਰੇ ਸਮੈਸਟਰ 'ਚ ਮੈਂ ਕੋਈ 8-9 ਦਿਨ ਹੀ ਆਪੇ ਗਿਆ ਟ੍ਰੇਨ 'ਤੇ, ਨਹੀਂ ਤਾਂ ਟ੍ਰੇਨ ਐਂਡ ਬੱਸ 'ਤੇ, ਨਹੀਂ ਤਾਂ ਤਰਨ ਮੈਨੂੰ ਲੈ ਕੇ ਆ ਜਾਂਦਾ ਸੀ। ਸੋ ਉਹ ਸਮੈਸਟਰ ਮੇਰਾ ਥੋੜ੍ਹਾ ਸੌਖਾ ਨਿਕਲ ਗਿਆ, ਔਰ ਗਰਮੀਆਂ ਆ ਗਈਆਂ, ਸਨੋਅ ਤੋਂ ਬਚੇ ਰਹੇ। ਔਰ ਉਸ ਸਮੈਸਟਰ ਤੋਂ ਜਦੋਂ ਮੇਰਾ ਫਸਟ ਸਮੈਸਟਰ ਖਤਮ ਹੋਇਆ ਅਤੇ ਸੈਕਿੰਡ ਸਮੈਸਟਰ ਸਟਾਰਟ ਹੋਇਆ, ਉਹਦੇ ਵਿੱਚ 15 ਦਿਨਾਂ ਦਾ ਗੈਪ ਹੁੰਦਾ, ਅਤੇ ਉਹਦੇ ਵਿੱਚ ਮੈਨੂੰ ਇੱਕ ਪਾਰਟ ਟਾਈਮ ਜੋਬ ਲੱਭ ਗਈ, ਜੋ ਮੈਂ 2 ਵੀਕਸ ਫੁੱਲ ਟਾਈਮ ਕੀਤੀ। 1 ਹਫ਼ਤਾ ਪਹਿਲਾਂ ਵਿਹਲਾ ਰਿਹਾ, ਫਿਰ 1 ਵੀਕ ਫੁੱਲ ਟਾਈਮ ਕੀਤੀ, ਫਿਰ ਸਟੱਡੀ ਦੇ ਨਾਲ ਵੀ ਇੱਕ ਵੀਕ ਕਾਲਜ ਤੋਂ ਛੁੱਟੀ ਮਾਰ ਕੇ 1 ਵੀਕ ਹੋਰ ਕੀਤਾ,
2 ਵੀਕ ਫੁੱਲ ਟਾਈਮ ਕੀਤੀ ਜੋਬ, $650 ਆਏ ਸੀ ਉਹਦੇ ਮੇਰੇ। ਸੋ ਉਹ ਜੋਬ ਕੀਤੀ, ਫਿਰ ਉੱਥੇ ਮੈਂ ਪਾਰਟ ਟਾਈਮ ਲੱਗ ਗਿਆ, 3 ਦਿਨ ਮੇਰਾ ਕਾਲਜ ਹੋਣਾ, 2 ਦਿਨ ਮੈਂ ਉਹ ਜੋਬ 'ਤੇ ਜਾਣਾ। ਈਜ਼ੀ ਸੀ ਕੰਮ, ਜ਼ਿਆਦਾ ਔਖਾ ਨਹੀਂ ਸੀ। ਉਹ ਮੈਂ ਹੋਕੀ ਵਾਲਾ ਚਲਾਉਂਦਾ ਸੀ, ਜਿਨ੍ਹਾਂ ਨੇ ਮੇਰੀ ਪੁਰਾਣੀ ਵੀਡੀਓਜ਼ ਦੇਖੀਆਂ ਨੇ ਉਹਨਾਂ ਨੂੰ ਪਤਾ ਹੋਣਾ ਕੀ ਕੰਮ ਸੀ। ਸੋ ਉਹ ਚਲਾਇਆ ਮੈਂ, ਉਹ ਕੰਮ ਮੈਂ ਪੂਰਾ ਸਮੈਸਟਰ ਲਾਸਟ ਤੱਕ ਉਹੀ ਕੰਮ ਕੀਤਾ। ਲਾਸਟ 'ਚ ਆ ਕੇ ਮੈਂ 1-2 ਛੁੱਟੀਆਂ ਮਾਰ ਲਈਆਂ ਥੋੜ੍ਹੀਆਂ ਨਾ, ਬਿਨਾਂ ਦੱਸੇ ਉਹਨਾਂ ਨੂੰ, ਉੱਥੇ ਦੱਸਣੇ ਦੀ ਲੋੜ ਨਹੀਂ ਪੈਂਦੀ ਸੀ, ਇੱਦਾਂ ਹੀ ਛੁੱਟੀ ਮਾਰ ਲੈਂਦੇ ਆਪਾਂ। ਛੁੱਟੀਆਂ ਮਾਰ ਲਈਆਂ, ਜਾਣੇ ਦਾ ਦਿਲ ਨਹੀਂ ਕਰਦਾ ਸੀ ਤੇ। ਅਤੇ ਫਿਰ ਮੈਂ ਉਹਨੂੰ, ਜਦੋਂ ਮੇਰਾ ਡਰੋਪ ਸਟਾਰਟ ਹੋਇਆ, ਮੈਂ ਉਹਨੂੰ ਕਿਹਾ ਕਿ ਮੈਨੂੰ ਫੁੱਲ ਟਾਈਮ ਕਰ ਲਏ, ਅਤੇ ਉਹਨੇ ਮਨਾ ਕਰਤਾ, ਕਹਿੰਦਾ ਤੂੰ ਛੁੱਟੀਆਂ ਮਾਰਨਾ, ਤੈਨੂੰ ਆਪਾਂ ਫੁੱਲ ਟਾਈਮ ਨਹੀਂ ਕਰਨਾ। ਔਰ ਉਹ ਜਿਹੜੀ ਚੀਜ਼ ਉਹਨੇ ਕਹੀ ਨਾ ਕਿ ਤੁਸੀਂ, ਤੈਨੂੰ ਮੈਂ ਫੁੱਲ ਟਾਈਮ ਨਹੀਂ ਕਰਨਾ, ਉਹ ਮੇਰੇ ਲਈ ਬੈਨੀਫਿਟ ਹੀ ਰਿਹਾ ਹੈ, ਠੀਕ ਹੈ। ਵੈਸੇ ਵੀ ਮੈਂ ਉਹਨੂੰ ਛੱਡਣਾ ਹੀ ਕੰਮ ਨੂੰ, ਕਿਉਂਕਿ ਉੱਥੇ ਪੇ ਘੱਟ ਹੀ, ਪਰ ਉਹਨੇ ਇੱਕਦਮ ਮੈਨੂੰ ਕੱਢਤਾ, ਅਤੇ ਉਹ ਮੈਨੂੰ ਬੈਨੀਫਿਟ ਰਿਹਾ। ਕੀ ਬੈਨੀਫਿਟ ਰਿਹਾ ਉਹਦਾ? ਕਿ ਮੈਂ ਆਪਣੀ ਦੂਸਰੀ ਜੋਬ ਲੱਭਣ ਲੱਗ ਗਿਆ, ਜੋ ਤੂੰ ਵਧੀਆ ਹੋਏ, ਜੇ ਵਧੀਆ ਕੰਮ ਹੋਏ। ਸੋ ਮੈਂ ਐਨ ਏ 'ਚ ਫੋਕਲਿਫਟ ਦਾ ਲਾਈਸੈਂਸ ਬਣਾ ਲਿਆ, ਜੇ ਸਾਡੇ ਪੈਸੇ ਮੇਰੇ ਕੋਲ ਬਿਲਕੁਲ ਨਹੀਂ ਸੀ, ਕਿਉਂਕਿ ਮੇਨ ਚੀਜ਼ ਕਿ ਮੈਂ ਉਸ ਟਾਈਮ ਫੀਸ ਭਰੀ ਆਪਣੀ $8,500 ਮੈਂ ਸਮੈਸਟਰ ਦੀ ਫੀਸ ਭਰਨੀ, ਜਿਹੜਾ ਮੇਰਾ ਜਨਵਰੀ 'ਚ ਸਟਾਰਟ ਹੋਣਾ ਹੈ ਹਜੇ ਡਰੋਪ ਦੇ ਬਾਅਦ। ਸੋ ਉਹ ਫੀਸ ਬੜੀ ਔਖੀ ਭਰੀ, 3,000 ਮੈਂ ਲਿਆ ਯਾਰਾਂ ਦੋਸਤਾਂ ਤੋਂ ਫੜਿਆ, ਕਿਉਂਕਿ ਮੈਂ ਕੁਛ ਪੈਸੇ ਕਿਤੇ ਹੋਰ ਜ਼ਰੂਰੀ ਕੰਮ 'ਤੇ ਲਾ ਚੁੱਕਿਆ ਸੀ, $1,500 $2,000 ਮੇਰਾ ਕਿਤੇ ਹੋਰ ਜ਼ਰੂਰੀ ਕੰਮ ਸੀ ਉਹਦੇ 'ਤੇ ਲੱਗ ਗਿਆ, ਅਤੇ ਮੇਰੇ ਕੋਲ ਪੈਸੇ ਬਿਲਕੁਲ ਨਹੀਂ ਸੀ। ਮੈਂ 3,000-4,000 ਇੱਧਰ ਉੱਧਰੋਂ ਫੜਿਆ, $5,500 ਮੇਰੇ ਪੇਰੈਂਟਸ ਨੇ ਘਰੋਂ ਭੇਜਿਆ, ਜਿਹ 'ਚੋਂ ਮੈਂ 2,000 ਪਹਿਲਾਂ ਭੇਜੇ ਸੀ, ਜੋ ਮੈਂ ਜੀ ਆਪਣੀ GIC ਤੋਂ ਭੇਜਤੇ, 5,500 ਮੇਰੇ ਟੋਟਲ ਮਿਲਾ ਕੇ ਮੇਰੇ ਪੇਰੈਂਟਸ ਨੇ ਭੇਜਿਆ, ਅਤੇ ਮੈਂ ਫੀਸ ਭਰੀ। ਮੌਕੇ 'ਤੇ ਮੇਰੇ ਕੋਲ $500 ਘੱਟ ਗਏ ਸੀ ਜਦੋਂ ਮੈਂ ਫੀਸ ਭਰਨੀ ਸੀ, ਠੀਕ ਹੈ, $500 ਨਹੀਂ ਸੀ ਮੇਰੇ ਕੋਲ। ਸੋ ਮੈਂ ਫੋਨ ਕੀਤਾ, ਮੈਂ ਐਸਾ ਬੰਦਾ ਸੀ ਕਿ ਮੈਂ ਕਿਸੇ ਤੋਂ ਪੈਸੇ ਨਹੀਂ ਮੰਗਦਾ ਕਦੇ ਵੀ। ਮੈਂ ਤਰਨ ਵਗੈਰਾ ਨੂੰ, ਯਸ਼ਨ ਨੂੰ, ਸਾਰਿਆਂ ਨੂੰ ਇਹ ਕਹਿੰਦਾ ਸੀ ਮੈਂ ਕਦੇ ਕਿਸੇ ਤੋਂ ਪੈਸੇ ਨਹੀਂ ਮੰਗਣੇ ਇੱਥੇ ਆ ਕੇ। ਬਟ ਉਹ ਟਾਈਮ ਹੀ ਐਸਾ ਆ ਗਿਆ ਕਿ ਫੀਸ ਉਸੇ ਦਿਨ ਭਰਨੀ ਸੀ, ਅਤੇ ਹਾਲਾਤ ਹੋਈ, ਮੈਂ ਤੁਹਾਨੂੰ ਦੱਸਣਾ, ਹਾਲਾਤ ਐਸੇ ਹੁੰਦੇ ਨੇ ਕਿ ਮੈਂ ਜਿਹੜਾ ਬੰਦਾ ਕਿਸੇ ਤੋਂ, ਮੈਂ ਸੋਚਿਆ ਕਦੇ ਪੈਸੇ ਨਹੀਂ ਮੰਗਾਂਗਾ, ਮੈਂ 3-4 ਬੰਦਿਆਂ ਨੂੰ, ਜਿਨ੍ਹਾਂ ਨੂੰ ਮੈਂ ਮੰਗਣਾ ਵੀ ਨਹੀਂ ਚਾਹੁੰਦਾ ਸੀ, ਉਹਨਾਂ ਨੂੰ ਵੀ ਮੈਂ ਫੋਨ ਕੀਤਾ ਕਿ ਮੈਨੂੰ ਪੈਸੇ ਦੇ ਦਿਉ, ਠੀਕ ਹੈ। ਅਤੇ ਕਿਸੇ ਨੇ ਦਿੱਤੇ ਪੈਸੇ, ਪਰ ਯਸ਼ਨ ਨੂੰ ਮੈਂ ਫੋਨ ਕੀਤਾ, ਯਸ਼ਨ ਨੇ ਐਂਡ ਮੌਕੇ 'ਤੇ ਮੈਨੂੰ $500 ਜਿਹੜਾ ਘੱਟ ਪਿਆ ਸੀ, ਮੈਨੂੰ $500 ਇੰਟਰੈਕ ਕੀਤਾ, ਅਤੇ ਮੇਰੇ ਅਕਾਊਂਟ 'ਚ ਬਸ $3 ਰਹਿ ਗਏ ਉਸ ਦਿਨ। ਉਹ ਵੀ ਨਾਮ ਦੇ 3-0 ਹੀ ਲਾ ਲਓ ਤੁਸੀਂ, ਇੱਕ ਕਿਸਮ ਦੇ ਕ੍ਰੈਡਿਟ ਵੀ ਖਤਮ, $1,000 ਜਿਹੜਾ ਕ੍ਰੈਡਿਟ ਮਿਲਦਾ ਉਹਦੇ ਤੋਂ ਆਪਣੇ ਬੈਂਕ ਤੋਂ, ਜਿਹੜਾ ਇੱਕ ਕਿਸਮ ਦਾ ਲੋਨ ਹੀ ਹੈ ਸਾਡੇ 'ਤੇ, ਕ੍ਰੈਡਿਟ ਵੀ ਸਾਰਾ ਖਤਮ, ਅਤੇ ਅਕਾਊਂਟ 'ਚ $3 ਰਹਿ ਗਏ ਉਸ ਦਿਨ ਮੇਰੇ। ਅਤੇ ਮੈਂ ਆਪਣੀ ਫੀਸ ਭਰੀ, ਫਿਰ GIC ਮੇਰੀ ਆਉਣੀ ਸੀ ਅਗਲੇ ਮਹੀਨੇ, ਪੈਸੇ ਵੀ ਵਾਪਸ ਦੇਣੇ ਸੀ ਜਿਹੜੇ ਇੱਧਰ ਉੱਧਰ ਫੜੇ ਸੀ। ਡਰੋਪ ਸਟਾਰਟ ਹੋ ਗਿਆ, ਅਤੇ ਡਰੋਪ 'ਚ 15 ਦਿਨ ਮੈਨੂੰ ਕੋਈ ਕੰਮ ਨਹੀਂ ਲੱਭਿਆ, ਉਹਨਾਂ ਉੱਥੋਂ ਵੀ ਮੈਂ ਛੱਡਤਾ, 15 ਦਿਨ ਮੇਰੇ ਕੋਲ ਕੋਈ ਕੰਮ ਨਹੀਂ ਸੀ। ਅਤੇ $4,500 ਪਹਿਲਾਂ ਡੈਡੀ ਨੇ ਭੇਜਿਆ, $1,000 ਫਿਰ ਡੈਡੀ ਨੇ ਹੋਰ ਭੇਜਿਆ, ਘਰੇ ਵੀ ਕੰਮ ਛੇੜਿਆ ਸੀ ਕੋਠਿਆਂ ਦਾ ਕੁਛ। ਸੋ ਘਰਦਿਆਂ ਦਾ ਵੀ ਔਖਾ ਸੀ, ਪਰ ਡੈਡੀ ਨੇ ਮੇਰੇ ਨੇ ਇੱਕ ਵਾਰ ਵੀ ਮਨਾ ਨਹੀਂ ਕੀਤਾ, ਡੈਡੀ ਨੇ ਕਿਹਾ ਕੋਈ ਨਹੀਂ ਮੈਂ ਭੇਜਦਾ, ਅਤੇ $1,000 ਮੈਨੂੰ ਭੇਜਿਆ। ਮੈਂ ਜਿਹਦੇ ਪੈਸੇ ਦੇਣੇ ਸੀ 1-2 ਦੇ, ਉਹਦੇ ਮੈਂ ਪੈਸੇ ਦਿੱਤੇ, ਠੀਕ ਹੈ। ਫਿਰ ਮੈਂ ਉਸ ਟਾਈਮ ਪੈਸੇ ਦਿੱਤੇ, ਅਤੇ ਹੁਣ ਜਾ ਕੇ ਉਹਦੇ ਬਾਅਦ 2 ਮਹੀਨਿਆਂ ਦੇ ਬਾਅਦ ਫੁੱਲ ਟਾਈਮ ਕੰਮ ਕਰਨ ਦੇ ਬਾਅਦ, ਹੁਣ ਜਾ ਕੇ ਮੇਰਾ 2 ਮਹੀਨਿਆਂ ਦੇ ਬਾਅਦ ਸਰਕਲ ਸੈੱਟ ਹੋਇਆ, ਮੈਂ ਸਾਰਿਆਂ ਨੂੰ ਪੈਸੇ ਦਿੱਤੇ ਨੇ, ਸਾਰਿਆਂ ਦਾ ਆਧਾਰ ਚੁਕਾਤਾ, ਕਿਉਂਕਿ ਮੇਰੇ ਦਿਮਾਗ 'ਚ ਹਮੇਸ਼ਾ ਇਹ ਟੈਨਸ਼ਨ ਰਹਿੰਦੀ, ਮੈਂ ਐਸਾ ਬੰਦਾ ਕਿਸੇ ਤੋਂ ਪੈਸੇ ਨਹੀਂ ਮੰਗਦਾ। ਸੋ ਮੇਰੇ ਦਿਮਾਗ 'ਚ ਹਮੇਸ਼ਾ ਟੈਨਸ਼ਨ ਰਹਿੰਦੀ ਸੀ ਕਿ ਮੈਂ ਸਾਰਿਆਂ ਦੇ ਪੈਸੇ ਮੋੜਦਾ ਪਹਿਲਾਂ। ਸੋ ਮੈਂ ਸਾਰਿਆਂ ਦੇ ਪੈਸੇ ਮੋੜੇ, ਠੀਕ ਹੈ, $3,000 ਜਿਹੜਾ ਇੱਧਰ ਉੱਧਰ ਲਿਆ ਸੀ, ਫਸਟ ਪ੍ਰਾਇਰਟੀ ਮੇਰੀ ਉਹ ਸੀ। ਫਿਰ ਮੈਂ $1,500 ਡਾਊਨ ਕਰਕੇ, ਅਤੇ ਲੋਨ 'ਤੇ ਆਪਣੀ ਲੋਨ ਅਪਰੂਵ ਕਰਾ ਕੇ ਆਪਣੀ ਗੱਡੀ ਲਈ ਆ, ਠੀਕ ਹੈ। ਗੱਡੀ ਹੈ ਮੇਰੀ ਹਿਊਂਡਾਈ ਅਲਾਂਟਰਾ। ਸੋ ਉਹ ਵੀ, ਉਹਦੇ ਪਿੱਛੇ ਵੀ ਲੰਬੀ ਕਹਾਣੀ ਹੈ। ਜਦ ਸਟਾਰਟਿੰਗ 'ਚ ਆਇਆ ਸੀ ਤਾਂ ਮੈਂ ਸੋਚਦਾ ਮੈਂ ਮਸਟੈਂਗ ਲੈਣੀ ਆ, ਪਰ ਜਦੋਂ ਜਦੋਂ ਠੋਕਰਾਂ ਲੱਗੀਆਂ, ਜਦੋਂ ਜਦੋਂ ਐਕਸਪੀਰੀਅੰਸ ਹੋਇਆ ਨਵਾਂ, ਜਦੋਂ ਜਦੋਂ ਕੈਨੇਡਾ 'ਚ ਰਹਿਣ ਲੱਗੇ, ਤਾਂ ਪਤਾ ਚੱਲਿਆ ਕਿ ਜਿਹੜੀ ਗੱਡੀਆਂ ਨੇ ਮਹਿੰਗੀਆਂ, ਉਹ ਫੁਕਰੀ ਆ, ਬਸ ਇੱਕ ਫੁਕਰੀ ਹੈ, ਉਹ 'ਤੇ ਪੈਸਾ ਖਰਚਣਾ ਹੀ ਹੈ, ਕੋਈ ਫਾਇਦਾ ਨਹੀਂ ਇਸ ਚੀਜ਼ ਦਾ। ਤਰਨ ਹੀ ਮੇਰੇ ਨਾਲ, ਤਰਨ ਕੋਲ ਰੈਂਗੂਲਰ ਹੈ, ਉਹਦਾ ਇੰਨਾ ਖਰਚਾ, $2,200 ਉਹਦਾ ਮਹੀਨੇ ਦਾ ਖਰਚਾ ਰੈਂਗੂਲਰ ਦਾ, ਜੋ ਕਿ ਉਹ ਪੇ ਕਰਦਾ, ਉਹੀ ਤੁਸੀਂ ਸੋਚੋ $2,200 ਉਹ ਕਿਤੇ ਹੋਰ ਲਾਏ। ਤਰਨ ਨੇ ਮੈਨੂੰ ਮਨਾ ਕਰਤਾ ਕਿ ਤੂੰ ਗੱਡੀ, ਐਸੀ ਕੋਈ ਗੱਡੀ ਲੈਣੀ ਨਹੀਂ, ਕਨਵੀਨੀਅੰਟ ਗੱਡੀ ਲੈ, ਵਧੀਆ ਵੀ ਹੋਏ, ਠੀਕ ਹੈ, ਚਲਾਉਣੀ 'ਚ ਵੀ ਵਧੀਆ ਰਹੇ ਜਿਹੜੀ, ਅਤੇ ਉੱਦਾਂ ਵੀ ਸਭ ਵਧੀਆ ਹੋਏ, ਆਪਣੀ ਉਹਦੀ ਟੋਰ ਵੀ ਹੋਏ। ਸੋ ਅਲਾਂਟਰਾ ਆਪਾਂ ਫਾਈਨਲ ਕੀਤੀ, ਅਲਾਂਟਰਾ ਮੇਰੀ 24,000 ਦੀ ਮੈਨੂੰ ਪੈ ਗਈ, $1,500 ਮੈਂ ਡਾਊਨ ਕਰਕੇ, ਅਤੇ ਹੁਣ ਅਲਾਂਟਰਾ ਲੈ ਲਈ ਹੈ।
ਸੋ ਆਪਾਂ ਉਸ ਟਾਈਮ ਹੀ ਜਦੋਂ ਮੈਂ ਫੀਸ ਫੂਸ ਭਰੀ, ਫੀਸ ਦੇ ਪੈਸੇ ਪੂਸੇ ਬੜੀ ਮੁਸ਼ਕਲ ਸਾਰੇ ਦੇ ਕੇ ਅਤੇ ਆਪਾਂ ਐਂਡ ਮੌਕੇ 'ਤੇ ਮੈਨੂੰ ਮੈਂ ਫੀਸ ਭਰਤੀ। ਉਹਦੇ ਬਾਅਦ 15 ਜਿਹੜੇ ਦਿਨ ਮੈਂ ਵਿਹਲਾ ਰਿਹਾ ਜਿਹੜੇ ਵਿੱਚ, ਉਹਦੇ ਬਾਅਦ ਮੈਨੂੰ ਜਾ ਕੇ ਕੰਮ ਲੱਭਾ $21.15 'ਤੇ, ਅਤੇ ਮੈਂ ਉਹਦਾ ਜਾ ਕੇ ਫੋਕਲਿਫਟ ਦਾ ਟੈਸਟ ਦਿੱਤਾ ਅਤੇ ਉਹ ਵੇਅਰ ਹਾਊਸ ਵਾਲਿਆਂ ਨੇ ਮੈਨੂੰ ਫੇਲ ਕਰਤਾ, ਕਹਿੰਦੇ ਤੂੰ ਸਾਡੇ ਇੱਥੇ ਕੰਮ ਨਹੀਂ ਕਰ ਸਕਦਾ, ਤੇਰਾ ਐਕਸਪੀਰੀਅੰਸ ਘੱਟ ਹੈ। ਮੈਂ ਘਰੇ ਚੱਲ ਗਿਆ, ਉਦਾਸ ਹੋ ਗਿਆ ਬਈ ਮੈਨੂੰ ਇਹ ਕੰਮ ਵੀ ਨਹੀਂ ਮਿਲਿਆ। ਅਤੇ ਅਗਲੇ ਦਿਨ ਫਿਰ ਮੈਨੂੰ ਏਜੰਸੀ 'ਚੋਂ ਫੋਨ ਆਇਆ ਕਿ ਤੂੰ ਗਲਤ ਵੇਅਰ ਹਾਊਸ 'ਚ ਚੱਲ ਗਿਆ ਸੀ, ਉਹਨਾਂ ਦਾ ਹੀ ਜਿਹੜਾ ਦੂਸਰਾ ਵੇਅਰ ਹਾਊਸ ਹੈ ਉੱਥੇ ਜਾ। ਉੱਥੇ ਮੈਂ ਗਿਆ ਅਤੇ ਮੈਨੂੂੰ ਕੰਮ ਮਿਲ ਗਿਆ $21.15 'ਤੇ, $14 ਤੋਂ ਸਿੱਧਾ $21.15 'ਤੇ ਪਹੁੰਚਿਆ। ਅਤੇ ਦੇਖ ਲਓ ਤੁਸੀਂ ਕਿੰਨਾ ਫਾਇਦਾ ਹੋਇਆ ਮੈਨੂੰ ਉਹ ਕੰਮ ਛੱਡਣ ਦਾ। ਉਹਨੇ ਮਨਾ ਕਰਤਾ ਅਤੇ ਉਹ ਕੰਮ ਛੱਡਣ ਦਾ ਮੈਨੂੰ ਕਿੰਨਾ ਫਾਇਦਾ ਹੋਇਆ ਕਿ $21  'ਤੇ ਮੈਨੂੰ ਜੋਬ ਮਿਲ ਗਈ। ਸੋ ਮੈਂ ਉਹ $21 'ਤੇ ਮੈਂ ਜੋਬ ਕਰਨੀ ਸਟਾਰਟ ਕਰਤੀ, ਕੰਮ ਫੋਕਲਿਫਟ ਦਾ ਹੀ, ਵਧੀਆ ਕੰਮ ਹੀ, ਫੋਕਲਿਫਟ ਦਾ ਐਕਸਪੀਰੀਅੰਸ ਵੀ ਹੋ ਗਿਆ ਹੁਣ ਮੇਰੇ ਕੋਲ, ਅੱਗੇ ਮੈਂ ਕੰਮ ਕਰ ਸਕਣਾ ਆਰਾਮ ਨਾਲ। ਸੋ ਫਿਰ ਹੁਣ ਮੈਂ ਪੂਰੇ ਦੋ ਮਹੀਨੇ ਅੱਜ ਤੱਕ, ਨਵੰਬਰ ਹੋ ਗਈ ਹੈ, ਅੱਜ ਹੈ ਨਵੰਬਰ 14 ਜਾਂ 15, ਅਤੇ 2 ਮਹੀਨੇ ਮੈਂ ਪੂਰੇ ਕੰਮ ਕੀਤਾ 21-15 'ਤੇ। ਮੈਂ ਪੂਰੇ 2 ਮਹੀਨਿਆਂ 'ਚ ਬਸ ਇੱਕ ਛੁੱਟੀ ਮਾਰੀ ਹੈ, ਠੀਕ ਹੈ, ਉਹ ਵੀ ਕੋਈ ਜ਼ਰੂਰੀ ਕੰਮ, ਸ਼ਾਇਦ ਲਾਇਸੈਂਸ ਬਣਾਉਣ ਜਾਣਾ ਸੀ ਤਾਂ ਕਰਕੇ ਮਾਰੀ। ਪੂਰੀ 2 ਮਹੀਨੇ ਮਿਹਨਤ ਕੀਤੀ ਕਿਉਂਕਿ ਪੈਸੇ ਦੇਣੇ ਸਾਰਿਆਂ ਨੇ, ਵਾਪਸ ਮੈਂ ਕੰਮ ਕੀਤਾ ਅਤੇ ਮੇਰੀ ਮੰਥਲੀ ਪੇ ਆ ਜਾਂਦੀ ਸੀ 680-700 ਦੇ ਕਰੀਬ ਆ ਜਾਂਦੀ ਸੀ, ਅਤੇ ਟੈਕਸ ਟੁਕਸ 150-150 ਦਾ ਟੈਕਸ ਕੱਟਦਾ ਸੀ ਅਤੇ ਹਫ਼ਤੇ ਦਾ। ਸੋ ਮੈਂ ਸਾਰਿਆਂ ਦੇ ਪੈਸੇ ਦੇ ਦਿੱਤੇ, ਫਸਟ ਮੇਰੀ ਜਿਹੜੀ ਥਿੰਕਿੰਗ ਸੀ ਉਹ ਸਾਰਿਆਂ ਦੇ ਪੈਸੇ ਦੇਣੇ ਸੀ, ਕ੍ਰੈਡਿਟ ਕਰੂਡਿਟ ਬਾਅਦ 'ਚ ਹੋ ਜਾਏਗਾ। ਮੈਂ ਸਾਰਿਆਂ ਦੇ ਪੈਸੇ ਦਿੱਤੇ ਅਤੇ ਹੁਣ ਸਾਰਾ ਹਿਸਾਬ ਕਲੀਅਰ ਹੈ, ਗੱਡੀ ਲੈ ਲਈ ਹੈ, ਸਭ ਕੁਛ ਹੈ, ਹੁਣ ਜਾ ਕੇ ਮੈਂ ਥੋੜ੍ਹਾ ਸੈੱਟ ਹੋਇਆ। ਅਤੇ ਹੁਣ ਇੱਕ ਝਟਕਾ ਕੀ ਹੈ, ਹੁਣ ਮੈਨੂੰ ਅਗਲੀ ਫੀਸ ਕੱਢਣੀ ਆ ਜੋ ਮੈਂ ਮਾਰਚ 'ਚ ਭਰਨੀ ਆ। ਸੋ ਇੱਕ ਹੋਰ ਟੈਨਸ਼ਨ ਹੈ, ਜਦੋਂ ਤੱਕ ਸਟੂਡੈਂਟ ਲਾਈਫ ਹੈ ਫੀਸ ਹੀ ਤੁਹਾਡਾ, ਮਤਲਬ ਸਾਰਾ ਖਰਚਾ ਤਾਂ ਫੀਸ ਹੀ ਹੈ। ਹੁਣ ਮੈਂ ਅਗਲੀ ਫੀਸ ਕੱਢਣੀ ਆ 8,000 ਦੇ ਕਰੀਬ। ਸੋ ਔਰ ਮੇਰੇ ਕੋਲ 2 ਮਹੀਨੇ ਨੇ, 2 ਵੀ ਨਹੀਂ 1 ਮਹੀਨਾ ਰਹਿ ਗਿਆ, 15 ਤਰੀਕ ਹੋ ਗਈ ਹੈ, ਇਹਦੇ 'ਚ ਵੀ ਮੇਰੇ ਖਰਚੇ ਖੁਰਚੇ ਨੇ ਔਰ ਗੱਡੀ ਦੇ ਖਰਚੇ, ਅਤੇ ਗੱਡੀ ਦਾ ਮੇਰਾ ਇਹ $1,000 ਖਰਚਾ ਮਹੀਨੇ ਦਾ, ਔਰ ਉੱਪਰੋਂ GIC ਖਤਮ ਹੋ ਜਾਣੀ ਹੈ। ਅਤੇ ਦੇਖ ਲਓ ਅੱਗੇ ਮੈਨੂੰ $1,000 ਗੱਡੀ ਦਾ ਅਤੇ $800-1,800 ਮੇਰਾ ਅੱਗੇ ਖਰਚਾ ਹੈ, ਅਤੇ ਮੈਨੂੰ ਕੰਮ ਕਰਨਾ ਪਏਗਾ, ਕੋਈ ਕੰਮ ਲੱਭਣਾ ਪਏਗਾ, ਤੋ ਅੱਗੇ ਵੀ ਸਟਰਗਲ ਕਰਨੀ ਹੈ, ਠੀਕ ਹੈ। ਅਤੇ ਆਹੀ ਸਭ ਚੀਜ਼ਾਂ ਨੇ ਸਭ ਦੱਸਤਾ ਤੁਹਾਨੂੰ, ਮੈਨੂੰ ਨਹੀਂ ਲੱਗਦਾ ਕੋਈ ਚੀਜ਼ ਰਹੀ ਹੋਣੀ ਆ। ਅਤੇ ਇੰਡੀਆ ਬੈਠੇ ਨੂੰ ਸਾਰਿਆਂ ਨੂੰ ਲੱਗਦਾ ਕਿ ਬੜੀ ਈਜ਼ੀ ਲਾਈਫ ਉੱਥੇ ਦੀ, ਉੱਥੇ ਜਾ ਕੇ ਆਪਾਂ ਇਹ ਕਰ ਦਾਂਗੇ ਉਹ ਕਰ ਦਾਂਗੇ। ਮੈਂ ਵੀ ਸੋਚਦਾ ਇੰਡੀਆ ਜਦੋਂ ਬੈਠਾ ਸੀ, ਮੈਂ ਸੋਚਦਾ ਮੈਂ 10-10-15-15 ਘੰਟੇ ਲਗਾਤਾਰ ਕੰਮ ਕਰਾਂਗਾ ਜੀ, ਡਾਲਰ ਹੀ ਡਾਲਰ ਹੋਣਗੇ, $14 ਤਾਂ ਮੈਨੂੰ ਜਾਂਦੇ ਹੀ ਕੰਮ ਮਿਲ ਜਾਣਾ, ਮਿਨੀਮਮ ਪੇ ਰੇਟ $14 ਹੈ, ਇੱਦਾਂ ਲੱਗਦਾ ਕਿ ਮੈਨੂੰ ਜਾਂਦੇ ਹੀ ਕੰਮ ਮਿਲ ਜਾਣਾ ਜੀ, ਮੈਂ ਉੱਥੇ ਜਾ ਕੇ ਕਰਨ ਲੱਗ ਜਾਂਗਾ। ਪਰ 6 ਮਹੀਨੇ ਮੈਂ ਬਿਲਕੁਲ ਵਿਹਲਾ ਰਿਹਾ, ਥੋੜ੍ਹਾ ਥੋੜ੍ਹਾ ਕੰਮ ਮਿਲਦਾ ਰਿਹਾ ਮੈਨੂੰ ਵਿੱਚ। ਸੋ ਥੋੜ੍ਹਾ ਥੋੜ੍ਹਾ ਮਿਲਦਾ ਰਿਹਾ, ਪੈਸੇ ਵਾਧੂ ਕਮਾਏ, ਲਾਏ ਵੀ ਬਹੁਤ, ਹੁਣੇ ਵੀ ਆ ਕੇ ਮਤਲਬ ਪੈਸੇ ਬਹੁਤ ਹੈ ਡਰੋਪ 'ਚ ਮੈਨੂੰ ਕਮਾਏ, ਮੈਂ ਮਹੀਨੇ ਦਾ 3,000 ਕਮਾ ਲੈਂਦਾ। ਸੋ ਬਟ ਉਹੀ ਖਰਚੇ ਵੀ ਬਹੁਤ ਨੇ। ਸੋ ਇੱਕ ਚੀਜ਼ ਮੇਰੇ ਜਿਹੜੇ ਵੀਰ ਪੁੱਛਦੇ ਸੀ, ਉਹ ਤੁਹਾਨੂੰ ਕਲੀਅਰ ਹੋ ਹੀ ਗਈ ਹੋਏਗੀ ਸ਼ਾਇਦ, ਕਿ ਸਟੂਡੈਂਟ ਲਾਈਫ 'ਚ ਪੈਸੇ ਬਚ ਜਾਂਦੇ ਨੇ, ਫੀਸ ਨਿਕਲ ਜਾਂਦੀ ਹੈ, ਅਤੇ ਮੇਰੀ ਤਾਂ ਨਿਕਲੀ ਨਹੀਂ। ਤੁਹਾਡੀ ਪਤਾ ਨਹੀਂ, ਜਿਹਨੂੰ ਕੰਮ ਮਿਲ ਜਾਂਦਾ, ਜਿਹਦਾ ਤੁੱਕਾ ਲੱਗ ਜਾਂਦਾ, ਕਿਉਂਕਿ ਮਿਲ ਵੀ ਜਾਂਦਾ ਬੜੇ ਸਟੂਡੈਂਟ ਨੂੰ ਮਿਲ ਜਾਂਦਾ, ਕਿਸਮਤ 'ਤੇ ਆਇਆ ਨਹੀਂ ਕਿ ਮੈਂ ਕੰਮ ਲੱਭਿਆ ਨਹੀਂ, ਮੈਂ ਬਹੁਤ ਲੱਭਿਆ ਮੈਨੂੰ ਮਿਲਿਆ ਨਹੀਂ। ਸੋ ਕਈਆਂ ਨੂੰ ਮਿਲ ਜਾਂਦਾ, ਉਹਨਾਂ ਦੀ ਤਾਂ ਆਰਾਮ ਨਾਲ ਫੀਸ ਨਿਕਲ ਜਾਂਦੀ ਹੈ, ਕੱਢੀ ਵੀ ਹੈ ਸਾਡੇ ਕੋਲਜ 'ਚ ਕਈਆਂ ਨੇ ਜਿਹਨਾਂ ਨੂੰ ਕੰਮ ਮਿਲ ਗਿਆ, ਪਰ ਆਲਮੋਸਟ ਸਾਰਿਆਂ ਦੀ ਪੂਰੀ ਫੀਸ ਨਹੀਂ ਨਿਕਲੀ। ਸੋ ਆਹੀ ਸਭ ਚੀਜ਼ਾਂ ਸੀ ਜ਼ਰੂਰੀ ਜਿਹੜੇ ਤੁਹਾਨੂੰ ਪਤਾ ਹੋਣੀ ਚਾਹੀਦੀ ਨੇ। ਇੰਡੀਆ ਬੈਠੇ ਸਾਨੂੰ ਕੁਛ ਹੋਰ ਲੱਗਦਾ, ਇੱਥੇ ਲਾਈਫ ਕੁਛ ਹੋਰ ਹੈ। ਸਨੋਅ ਵਾਸਤੇ ਪ੍ਰਿਪੇਅਰ ਹੋ ਕੇ ਆਓ, ਠੰਡ ਹੈ ਇੱਥੇ, ਜਿਹੜੇ ਜਨਵਰੀ ਇਨਟੇਕ 'ਚ ਆ ਰਹੇ ਨੇ, ਸਰਦੀਆਂ ਆ ਗਈਆਂ ਨੇ, ਪ੍ਰਿਪੇਅਰ ਹੋ ਕੇ ਆਓ, ਠੀਕ ਹੈ। ਬਾਕੀ ਆਹੀ ਸਭ ਚੀਜ਼ਾਂ ਸੀ ਮੈਂ ਸਾਰੀਆਂ ਦੱਸਤੀਆਂ ਤੁਹਾਨੂੰ। ਹੁਣ ਆਪਾਂ ਹੁਣ ਲਾਈਫ ਥੋੜ੍ਹੀ ਸੈੱਟ ਹੋ ਗਈ ਹੈ, ਗੱਡੀ ਲੈ ਲਈ ਹੈ, ਆਉਣਾ ਜਾਣਾ ਥੋੜ੍ਹਾ ਸੌਖਾ ਹੋ ਗਿਆ। ਅਤੇ ਇੱਕ ਚੀਜ਼ ਹੋਰ, ਮੇਰੀ ਨਾਈਟ ਸ਼ਿਫਟ ਹੋ ਗਈ ਹੈ, ਮੈਂ ਨਾਈਟ ਸ਼ਿਫਟ ਟ੍ਰਾਂਸਫਰ ਕਰ ਲਿਆ, ਤਾਂ ਹੁਣ ਮੇਰੀ ਪੇ ਰੇਟ ਆ ਜਿਹੜੀ $3.5 ਜ਼ਿਆਦਾ ਹੋ ਗਈ ਹੈ, ਅਤੇ $24 ਮੇਰਾ ਪੇ ਰੇਟ ਹੋ ਗਿਆ ਹੁਣ, ਅਤੇ ਬਸ ਵਧੀਆ ਹੀ ਆ। ਬਸ ਉਹੀ ਟੈਕਸ ਵੀ ਜ਼ਿਆਦਾ ਕੱਟਦਾ, ਜਿੰਨੀ ਜ਼ਿਆਦਾ ਪੇ ਹੋਏਗੀ ਉਨਾ ਜ਼ਿਆਦਾ ਟੈਕਸ ਕੱਟੇਗਾ, 19% ਟੈਕਸ ਦੀ ਵੱਧ ਜਾਂਦੀ ਹੈ। ਬਾਕੀ ਬਹੁਤ ਲੰਬੀ ਵੀਡੀਓ ਖਿੱਚਤੀ, ਪਰ ਸਾਰੀਆਂ ਕੰਮ ਦੀਆਂ ਚੀਜ਼ਾਂ ਹੀ ਸੀ, ਆਈ ਹੋਪ ਪਸੰਦ ਹੀ ਆਈ ਹੋਏਗੀ ਤੁਹਾਨੂੰ। ਬਾਕੀ ਨੋ ਪ੍ਰੋਬਲਮ ਵਿਊ ਨਾ ਵੀ ਆਇਆ ਵੀਡੀਓ ਦੇ, ਪਰ ਮੇਰਾ ਜ਼ਰੂਰੀ ਸੀ ਸਾਰਾ ਕੁਛ ਦੱਸਣਾ, ਕਿਉਂਕਿ 50,000 ਆਪਣੇ ਸਬਸਕ੍ਰਾਈਬਰ ਹੋ ਗਏ ਨੇ, ਅਤੇ ਮੈਂ ਸੋਚਿਆ ਕਿ 50,000 'ਤੇ ਬਣਾਵਾਂਗਾ। 1 ਸਾਲ ਮੈਨੂੰ ਹੋਣੇ ਵਾਲਾ ਹੋਇਆ, ਬਰਥਡੇ ਮੇਰਾ ਹੁਣ ਨਿਕਲਿਆ, 19 ਸਾਲਾਂ ਦਾ ਮੈਂ ਹੋ ਗਿਆ।
ਸੋ ਆਲਮੋਸਟ 50,000 ਆਪਣੇ ਸਬਸਕ੍ਰਾਈਬਰਸ ਹੋ ਗਏ ਨੇ, ਜਿਹਦੇ ਵਾਸਤੇ ਥੈਂਕ ਯੂ। ਅਤੇ ਇੰਸਟਾਗ੍ਰਾਮ 'ਤੇ ਫੋਲੋ ਕਰ ਲਓ ਮੈਨੂੰ @PropCodwa, ਲਾਈਵ ਆਉਂਦਾ ਰਹਿੰਦਾ ਮੈਂ ਉੱਥੇ, ਅਤੇ ਉਹ 'ਚ ਥੋੜ੍ਹੇ ਬਹੁਤ ਜਵਾਬ ਦੇ ਦਿਆ ਕਰਾਂਗੇ। ਬਾਕੀ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਤੁਹਾਡੇ ਮੈਸੇਜ 'ਤੇ ਰਿਪਲਾਈ ਕਰਦਾ ਕਰਾਂਗਾ, ਕਿਉਂਕਿ ਉਹ ਨਹੀਂ ਹੁੰਦੇ ਮੇਰੇ ਕੋਲ। 5-6,000 ਮੈਸੇਜ ਪਏ ਨੇ ਜਿਨ੍ਹਾਂ ਦਾ ਮੈਂ ਰਿਪਲਾਈ ਨਹੀਂ ਕਰ ਸਕਦਾ, ਸੋਰੀ, ਕਿਉਂਕਿ ਮੈਂ ਕੰਮ 'ਤੇ ਵੀ ਜਾਣਾ ਹੁੰਦਾ, ਹੋਰ ਵੀ ਕਈ ਕੰਮ ਨੇ। ਅਤੇ ਇੰਨੇ ਦਿਨ ਥੋੜ੍ਹੀ ਸ਼ਾਂਤੀ ਜਿਹੀ ਰਹੀ ਯੂਟਿਊਬ 'ਤੇ, ਕਿਉਂਕਿ ਮੇਰੇ ਦਿਮਾਗ 'ਚ ਕੋਈ ਆ ਨਹੀਂ ਰਹੀ ਐਸੀ ਯੂਜ਼ਫੁਲ ਚੀਜ਼, ਕਿਉਂਕਿ ਸਾਰੇ ਬਹੁਤ ਜ਼ਿਆਦਾ ਯੂਟਿਊਬਰ ਆ ਗਏ ਨੇ। ਅਤੇ ਮੈਂ ਫਰੋਡ ਵਾਲੀ ਵੀਡੀਓ ਬਣਾਉਣੀ ਫੈਬ 'ਚ ਕਿਤੇ ਸੋਚਿਆ ਸੀ, ਅਤੇ ਡਿਲੇ ਕਰਦੇ ਕਰਦੇ ਹੁਣ ਸਾਰਿਆਂ ਨੇ ਦੂਸਰਿਆਂ ਨੇ ਬਣਾਤੀ, ਅਤੇ ਮੈਂ ਸੋਚਿਆ ਚਲੋ ਰਹਿਣ ਦਿੰਦੇ ਹਾਂ ਕੀ ਬਣਾ। ਬਾਕੀ ਬਾਏ ਬਾਏ ਜੀ, ਸਤਿ ਸ਼੍ਰੀ ਅਕਾਲ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਸ਼ੇਅਰ ਕਰ ਦਿਓ ਵੀਡੀਓਜ਼ ਅਗਰ ਤੁਹਾਨੂੰ ਵਧੀਆ ਲੱਗਦੀਆਂ ਨੇ, ਅਤੇ ਫਿਰ ਮਿਲਦੇ ਹਾਂ ਅਗਲੀ ਵੀਡੀਓ 'ਚ।